ਸੇਮ ਆਪਣੀ ਉਮਰ ਹੈ ਤੇ ਸੇਮ ਹੀ ਆਪਣੇ ਫਰੋਟਸ ਨੂੰ ਲੱਗਦਾ ਵੀ ਹੋ ਸਕਦੇ ਆ ਵੀ ਪਰ ਆਪਾਂ ਗੱਲ ਫੇਰ ਸ਼ੁਰੂ ਉੱਤੋਂ ਕਰਾਂਗੇ ਵੀ ਜਿਹਦੀ ਐਂ ਸਭ ਤੋਂ ਜ਼ਿਆਦਾ ਸੁੰਦੇ ਆ ਮਾਂ ਪਿਓ ਤੋਂ ਵੀ ਪਹਿਲਾਂ ਦਿਮਾਗ ਦੀ ਹੈਨਾ ਬੰਦੇ ਦੇ ਦਿਮਾਗ ਦੀ ਬੰਦੇ ਦੀ ਹੈਨਾ ਵੀ ਕਿਹੋ ਜਿਹਾ ਬੰਦੇ ਦਾ ਦਿਮਾਗ ਹੁੰਦਾ ਵੇ ਤੁਸੀਂ ਕਿਹੜੇ ਹਾਣ ਨਾਲ ਮਕੀ ਸੋਚਦੇ ਵੀ ਕਿ ਤਰ੍ਹਾਂ ਹੁੰਦਾ ਬਾਕੀ ਤੁਹਾਡੇ ਦਿਮਾਗ ਚ ਇਸ ਟਾਈਮ ਕੀ ਚੱਲਣ ਦੇ ਆ ਦਿਮਾਗ ਚ ਤਾਂ ਬਹੁਤ ਜ਼ਿਆਦੀਆਂ ਚੀਜ਼ਾਂ ਚੱਲਣੀਆਂ ਹੁੰਦੀਆਂ ਬਾਕੀ ਹੁਣ ਆਪਣੇ ਇੱਥੇ ਮਤਲਬ ਕਿ ਜਿਵੇਂ ਪੰਜਾਬੀਆਂ ਵਾਂਗੂ ਜਿਵੇਂ ਤੁਸੀਂ ਕਿਹਾ ਗੋਰਿਆਂ ਨਾਲ ਜਾਂ ਆਪਣੇ ਚ ਕੀ ਫਰਕ ਵਾ ਆਪਾਂ ਨੂੰ ਇੱਥੇ ਸ਼ੁਰੂ ਤੋਂ ਹੀ ਵੇਖਣ ਨੂੰ ਬੜਾ ਮਿਲਦਾ ਕਿ ਆਪਣੇ ਬੰਦੇ ਹੈਗੇ ਵੀ ਚਲੋ ਜ਼ਿਆਦਾ ਨਹੀਂ ਕਹਿਣਾ ਚਾਹੀਦਾ ਹਮ ਆਪਣੇ ਇੰਡੀਆ ਚ ਕਿੰਨੀਆਂ ਰਿਲੀਜੀਅਸ ਆ ਤੋਂ ਬਾਅਦ ਫਿਰ ਆਪਾਂ ਇੱਕ ਪੁਰਾਣੇ ਜਨਮਾਂ ਦੇ ਬੜਾ ਵਿਸ਼ਵਾਸ ਰੱਖਦੇ ਹਾਂ ਜੰਮ ਦਾ ਬੱਚਾ ਹੁੰਦਾ ਤੇ ਜਦੋਂ ਜੰਮ ਦਾ ਬੱਚਾ ਜਦੋਂ ਇੱਕ ਬੱਚਾ ਵਾ ਤੇ ਜੰਮ ਦਾ ਤੋਂ ਰਿਸ਼ਤੇਦਾਰ ਹੱਸਦੇ ਆਣਾ ਤੇ ਪੰਚਾਰ ਹੁੰਦਾ ਵਾ ਤੇ ਜਦੋਂ ਬੱਚਾ ਉਹ ਬੱਚਾ ਬੁੱਢਾ ਹੋ ਕੇ ਗਾਂ ਆਪਣੀ ਜਵਾਨੀ ਬੁਢਾਪਾ ਮੰਨ ਕੇ ਸਾਰੇ ਰਿਸ਼ਤੇ ਮੰਨ ਕੇ ਹਨਾ ਸਾਰਿਆਂ ਨੇ ਮੇਲ ਵਰਤ ਕੇ ਜਦੋਂ ਮਰਦਾ ਫਿਰ ਲੋਕ ਰੋਂਦੇ ਆ ਤੇ ਉਹ ਚੁੱਪ ਪਿਆ ਹੁੰਦਾ ਜੇਗਾ ਲੱਗਦੀ ਹੈ ਆ ਆ ਪਮੇਖਣੀ ਆ ਸਾਡੇ ਤੇ ਵੀ ਆਉਣੀ ਆ ਇਹ ਵੀ ਹਣ ਹੋਣੀ ਆ ਮੈਂ ਸਭ ਕੁਝ ਹੋਣਾ ਹੁਣ ਇੱਕ ਇੱਕ ਬਾਡੀ ਆ ਜਿ ਤਰ੍ਹਾਂ ਇੱਕ ਕੁੜੀ ਦੀ ਬਾਡੀ ਇੱਕ ਮੁੰਡੇ ਦੀ ਬਾਡੀ ਜਦੋਂ ਜੰਮਦੇ ਆ ਜਦੋਂ ਰਿਸ਼ਤਾ ਸਭ ਤੋਂ ਪਹਿਲਾਂ ਰਿਸ਼ਤਾ ਨਾਲ ਜੁੜਦਾ ਤੇ ਇਹ ਪੁੱਤ ਦਾ ਅਗਰ ਤੀਂ ਦੀ ਤੇ ਇਹ ਰਿਸ਼ਤਾ ਜੁੜਦਾ ਤੇ ਪਿਓ ਮਾਪਿਓ ਵਾਲੇ ਜਿਹੜੇ ਕੁੜੀ ਮੁੰਡਾ ਦੇ ਉਹ ਮਾਪਿਓ ਬਣ ਜਾਂਦੇ ਤਬਦੀਲ ਹੋ ਜਾਂਦੇ ਉਹਨਾਂ ਦਾ ਆਖਰ ਇਹ ਕਹਿ ਸਕਦਾ ਕਿ ਅੱਗੇ ਜਾ ਕੇ ਨਾ ਦਾਦਾ ਨਾਨਾ ਬੜੇ ਬੰਗੀ ਰਿਸ਼ਤੇ ਬਣਨ ਡਿਆ ਪੈਂਦੇ ਨੇ ਆਖਰ ਤੱਕ ਰਿਸ਼ਤੇ ਬਣਦੇ ਨੰਦੇ ਨੇ ਹਨਾ ਗਾ ਬਾਕੀ ਕੋਣ ਬਣ ਗਿਆ ਕੁੜਮੀ ਬਣ ਗਈ ਜੋ ਮਾਸੀ ਚਾਚਾ ਭਾਈ ਬਹੁਤ ਬਹੁਤ ਗਾਂ ਦੇ ਰਿਸ਼ਤੇ ਜੋੜਦੇ ਜਾਂਦੇ ਨੇ ਜਿਵੇਂ ਜਿਵੇਂ ਆਪਣੇ ਰਿਸ਼ਤੇਦਾਰਾਂ ਚ ਵੀ ਮਕੀ ਨਾਣੇ ਜਾਂਦੇ ਜਾਂਦੇ ਨੇ ਉਹ ਮੇ ਰਿਸ਼ਤੇ ਜੁੜੀ ਜਾਂਦੇ ਨੇ ਹੋਰ ਦੀ ਹੋਰ ਗਾਂ ਦੀ ਗਾਂ ਹਨਾ ਤੇ ਜਿੱਤਰਾ ਹੁਣ ਸਭ ਤੋਂ ਆਪਣਾ ਕੁੜੀ ਮੁੰਡਾ ਜਾਂਦੀ ਆ ਹਨਾ ਤੋ ਕਿ ਧੀ ਪੁੱਤ ਦਾ ਰਿਸ਼ਤਾ ਲੱਗ ਜਾਂਦੀ ਫਿਰ ਕੁੜੀ ਮਾਸੀ ਬਣਦੀ ਆ ਹਨਾ ਭੂਆ ਵੀ ਬਣਦੀ ਆ ਹਰ ਰਿਸ਼ਤਾ ਬਣਦੀ ਚਾਚੀ ਬਣਦੀ ਦਾਈ ਨਹੀਂ ਬਣਦੀ ਮਾਸੀ ਬਣਦੀ ਹੈ ਨਾ ਭੈਣ ਵੀ ਬਣਦੀ ਹੈ ਹਨਾ ਘਰ ਵਾਲੀ ਬਣਦੀ ਹੈ ਇੱਕ ਕੁੜੀ ਹੀ ਬਣਦੀ ਹੈ ਹਨਾ ਸਭ ਕੁਝ ਬਣਦੀ ਹੈ ਮੁੰਡਾ ਵੀ ਇਤਰਾ ਬਣਦਾ ਮੁੰਡਾ ਮਾਮਾ ਹੀ ਬਣਦਾ ਚਾਚਾ ਬਣਦਾ ਤਾਇਆ ਬਣਦਾ ਪੂਆ ਪੱਪੜ ਸਾਰੇ ਬੰਦੇ ਹੋ ਬਾਕੀ ਰਿਸ਼ਤੇ ਸਾਰੇ ਕੁੜੀ ਆਪਣੇ ਉੱਤੇ ਹੁੰਨ ਹੁੰਦਾ ਵਾ ਤੇ ਉਹਨਾਂ ਦੇ ਵਿੱਚ ਬੰਦਾ ਮਸ਼ਹੂਰ ਹੁੰਦਾ ਲੇਡੀਜ਼ ਹੁਣ ਸੋਚੋ ਵੀ ਸਾਡੇ ਚ ਫੋਨ ਕੋਈ ਬੈਠਾ ਤੇ ਹੈ ਨਹੀਂ ਹੈ ਹਨਾ ਕੋਈ ਬੱਕਰਾ ਤੇ ਹੁਣ ਲੇਡੀਜ਼ ਦਾ ਦਿਮਾਗ ਯਾਰ ਆਫਕੋਰਸ ਵੱਖਰਾ ਹੀ ਚੱਲਦਾ ਵਾ ਲੇ ਉਦਾਂ ਉਹ ਬ੍ਰੇਨ ਤੇ ਹੁੰਦਾ ਤੇ ਇੱਕ ਹੀ ਆ ਪਰ ਫਿਰ ਵੀ ਸੋਚਣ ਦਾ ਲੇਡੀਜ਼ ਚ ਫੀਲਿੰਗ ਜੇ ਲੇਡੀਜ਼ ਆ ਤਾਂ ਲੇਡੀਜ਼ ਊਮਨ ਇਹ ਜਾ ਚ ਫੀਲਿੰਗ ਹੁੰਦੀਆਂ ਜਗੀਆਂ ਬਟ ਕਿਸੇ ਹੱਦ ਤੱਕ ਜਾ ਕੇ ਖਤਮ ਹੋ ਜਾਂਦੀਆਂ ਵਾ ਇਨਸਾਨ ਚ ਵੀ ਫੀਲਿੰਗ ਹੁੰਦੀਆਂ ਵਾ ਇਨਸਾਨ ਕੱਢ ਦਿੰਨੇ ਕਿ ਅੱਗੇ ਕਿਉਂਕਿ ਇਨਸਾਨ ਨੂੰ ਆਤ ਪੈ ਜਾਂਦੀ ਆ ਇਕੱਲੇ ਤੁਰਨ ਦੀ ਅੱਗੇ ਜਾ ਕੇ ਭਾਵੇਂ ਆਪਾਂ ਕਿੰਨਾ ਵੀ ਜ਼ੋਰ ਲਾ ਲਈਏ ਉਹਨੂੰ ਇਕੱਲੇ ਤੁਰਨ ਦੀ ਆਤ ਪੈ ਜਾਂਦੀ ਆਤ ਪਾਉਂਦਾ ਵੀ ਉਹ ਆਪ ਆ ਤੇ ਆਤ ਜਾਣ ਬੁੱਝ ਕੇ ਵੀ ਕੀ ਪਾਉਂਦੇ ਤੇ ਮੈਂ ਉਹਨਾਂ ਦੇ ਜਿਮਨਾ ਕਰਦੀ ਨਾ ਇਹਨਾਂ ਨੇਗੇਟਿਵ ਇੰਪੈਕਟ ਪਾਊਗਾ ਇੱਕ ਪੰਜਾਬੀ ਦਾ। ਦੇਖਣਾ ਮੈਂ ਹੁਣ ਕਿਸੇ ਸਪੈਸਿਫਿਕ ਟੈਗ ਪਰ ਮਨ ਗਨ ਲਗਾਏ ਥੇ। ਮੈਂ ਕਿ ਪੰਜਾਬੀ ਇੱਕ ਮੁੰਡੇ ਨੂੰ ਇਸ ਸਟੇਟ ਦੇ ਮੁੰਡੇ ਨੂੰ ਕਿੰਨਾ ਇੰਪੈਕਟ ਮਾਰਾ ਪਾਊਗਾ ਵੀ ਯਾਰ ਉਹ ਸਿੱਧਾ ਜਵਾਬ ਦੇ ਗਿਆ ਸਨ। ਮੈਂ ਸੋਚਿਆ ਵੀ ਜਿਹੜੇ ਸਾਡੇ ਭਾਈ ਜਾਰੇ ਘੁੰਮਣ ਜਾਂਦੇ ਉਧਰ ਵੀ ਉਹ ਕੱਲ ਨੂੰ ਉਹਨਾਂ ਨੂੰ ਵੇਖੂਗਾ ਵੀ ਨਹੀਂ ਯਾਰ ਇਹ ਬੰਦੇ ਬੜੇ ਭੜੇ। ਇਹਨਾਂ ਨੂੰ ਨਾ ਬੁਲਾਈ ਜਾਂ ਇਹਨਾਂ ਨੂੰ ਕੋਈ ਵਿੱਚ ਪੈ ਇਹਨਾਂ ਦੇ ਦਿੰਦੀਆਂ ਕੋਈ ਚੀਜ਼ ਨਾ ਦਿੰਦੀਆਂ ਕੋਈ ਰਾਹ ਨਹੀਂ ਦੇਵੀ। ਹੂੰ ਤੋਣ ਬਸ ਮੇਰੇ ਆ ਤੇ ਮੈਂ ਬੜਾ ਵਧੀਆ ਇਹਨਾਂ ਨੂੰ ਗਾਈਡ ਗੋਾਈਡ ਕੀਤਾ ਚਾਹ ਚੁ ਪੀ ਕੇ ਓਥ ਤੇ ਸਾਰੇ ਉਤਰੇ ਤੇ ਮੈਂ ਬੱਸੇ ਬੁਸੇ ਵਟਾ ਕੇ ਮੈਂ ਅਮਰ ਤੁਹਾਡੇ ਪੈ ਘੱਟ ਕਰ ਚਾਹੂੰਗਾ ਜਿਵੇਂ ਉਹ ਗੱਲ ਤਹੀਂ ਕਰ ਦਿੰਦੇ ਕਿ ਉਹਨੇ ਗੁਰਦਾਰੇ ਮੰਦਿਰੇ ਮੱਥਾ ਟੇਕਿਆ ਕੋਈ ਨਾ ਮੈਂ ਤੁਹਾਡੇ ਕਹਿ ਦੇ ਕਾ ਕੋਈ ਨਾ ਕੋਠੀ ਤੇ ਬੈ ਜਾਣੀ ਪਿਓ ਦੇ ਉਹਦੇ ਤੇ ਇਹਦੇ ਕੋਠੀ ਬੈ ਜਾਣੀ ਹੁਣ ਉਹਦਾ ਵੀ ਕੀ ਘੁਮਾਣਾ ਸਾਈਕਲ ਵਾਲੀ ਗੱਲ ਆ ਗਈ ਸਾਈਕਲ ਤੇ ਮਸੜੀ ਵਾਲੀ ਸਰਕਾਰਾਂ ਵੀ ਮਾੜੀਆਂ ਉਹਨਾਂ ਨੂੰ ਕੁੱਸੀ ਜਾਣਾ ਤੇ ਉਹ ਜਿਤਨੀ ਵੀ ਮੰਨ ਸਕਦਾ ਹੁਣ 100 ਰੁਪਏ ਕਿਤੇ ਪਰਚੀ ਲੱਗਣੀ ਉੱਥੇ ਸਰਕਾਰ ਥੋੜੀ ਆ ਕੇ ਕਹਿੰਦੀ ਤਈਆ 100 ਰੁਪਏ ਦੀ ਪਰਚੀ ਮੈਂ ਇਹਦੀ ਬੰਦੇ ਦੀ ਕੱਟ ਉਹ ਤੇ ਅਸੀਂ ਕਿਸ ਕੰਮ ਛੇਤੀ ਕਰਾਂਗੇ ਕੀਤਾ ਕਿਉਂ ਨਹੀਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਹੈ ਚਾਂਬੀ ਸਿੰਘ ਢੱਲੋਂ ਤੇ ਅੱਜ ਸਾਡੇ ਨਾਲ ਬਾਈ ਹਰਪ੍ਰੀਤ ਸਿੰਘ ਤੇ ਆਪਾਂ ਦੋਵੇਂ ਮੁੰਡੇ ਗੋਦਵਾਲ ਦੇ ਆ ਤੇ ਗੋਦਵਾਲ ਪਿੰਡ ਦੇ ਵਿੱਚ ਬੈਠੇ ਆਪਾਂ ਲਾਗੇ ਸਾਡੇ ਦਰਿਆ ਤੇ ਮੌਸਮ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਆਡਾ ਸੀਗਾ پلان ਕਿਉਂਕਿ ਦਰਿਆ ਥੋੜਾ ਖਾਲੀ ਸੀਗਾ ਤੇ ਆਪਾਂ ਸੋਚਿਆ ਵੀ ਚਲੋ ਸੈਂਟਰ ਤੇ ਜਾ ਕੇ ਥੋੜਾ ਸ਼ੂਟ ਕਰਦੇ ਆ ਤੇ ਪਰ ਸਾਨੂੰ ਪਾਣੀ ਦਾ ਰਸਤਾ ਨਹੀਂ ਮਿਲਿਆ ਤੇ ਟਾਪਿਕ ਤਾਈ ਮਿੱਤਰੋ ਪਾੜੀ ਲਿਆਊਗਾ ਵੀ ਕਿਸਮਤ ਤੇ ਜੀਣ ਵਾਲੇ ਮਿਹਨਤ ਦੇ ਦੁਸ਼ਮਣ ਨਿਕਲੇ ਜਿਤਰਾ ਹੀ ਮਿਹਨਤ ਕਰਨ ਦੇ ਆ ਵੀ ਦਰਿਆਜ ਚਲ ਜੀ ਪਰ ਸਾਡੀ ਕਿਤਨਾ ਤਾਂ ਉੱਥੇ ਕੰਮ ਨਹੀਂ ਆਇਆ ਗੱਲ ਤੇ ਕਿਸਮਤ ਤੇ ਆ ਗਈ ਮੋੜ ਕਿਸਮਤ ਤੇ ਆ ਗਈ ਵੀ ਆਈ ਨਹੀਂ ਨਾ ਵੀ ਕਿਸਮਤ ਕੋਈ ਨਹੀਂ ਕਿਸਮਤ ਉਹ ਚਲ ਜਾਗੇ ਪਰ ਨਹੀਂ ਥੋੜੀ ਮਿਹਨਤ ਕੀਤੀ ਪਰ ਨਹੀਂ ਗੱਲ ਬਣੀ ਤੇ ਕਿਤੇ ਬੰਨਣ ਨੂੰ ਰਾਹ ਮਿਲਿਆ ਆਪਾਂ ਬਹੁਤ ਕਮ ਸਿਕਮ 2-3 ਮੀਟਰ ਤੱਕ ਤਾਂ ਆਪਾਂ ਦਾ ਕਰ ਗਏ ਪਰ ਆਪਾਂ ਨੂੰ ਨਹੀਂ ਮਿਲੀ ਗੱਲਬਾਤ ਤੇ ਬਾਈ ਜੀ ਅੱਜ ਆਪਣਾ ਟੋਪੀ ਸੀਗਾ ਵੀ ਉਹ ਇਹ ਸੀਗਾ ਵੀ ਕਿਸਮਤ ਤੇ ਜੀਣ ਵਾਲੇ ਮਿਹਨਤ ਦੇ ਦੁਸ਼ਮਣ ਨਿਕਲੇ ਤੇ ਕਦਮ ਹੀ ਨਿਕਲ ਸਕਦੇ ਆ ਹੁਣ ਬੁੜਾਪੇ 'ਚ ਵੀ ਗਈ ਆ ਕੇ ਕਹਿੰਦੇ ਆ ਵੀ ਨਹੀਂ ਯਾਰ ਅਬਰ ਅੱਖ ਆ ਕੋਈ ਚੱਕਰ ਨਹੀਂ ਚੱਲੀ ਜਾਂਦਾ ਹਣ ਉਹ ਸਿਸਟਮ ਦੇ ਉੱਤੇ ਗੱਲ ਕਰਨੀ ਆ ਵੀ ਆਪਣੇ ਆਪਣੇ 'ਚ ਕੀ ਆ ਮਾੜਾ ਤੇ ਕੀ ਅੰਗਰੇਜ਼ਾਂ 'ਚ ਕੀ ਚੰਗਾ ਜਿਹਨਾਂ ਨੂੰ ਆਪਾਂ ਫੋਲੋ ਕਰਦੇ ਆਂ ਆਪਾਂ ਬ੍ਰਾਂਡ ਪਾਉਣੇ ਜਿਨਾਂ ਦੇ ਕੱਪੜੇ ਪਾਉਣੇ ਆ ਜਿਨਾਂ ਦੇ ਉਹਨਾਂ 'ਚ ਕੀ ਵਧੀਆ ਹੋ ਜਾ ਵੀ ਮੇਰੀ ਸੋਚਨ ਬੁੱਧੀ ਹੋ ਜੀ ਅਜਿਹਾ ਤੁਹਾਡੀ ਸੋਚਨ ਬੁੱਧੀ ਆ ਵੱਖਰੇ ਵੇਨ ਹੋ ਸਕਦੀ ਹਣਾ ਉਹਨਾਂ ਨੂੰ ਉਹਨਾਂ ਨੇ ਨਿਰਧਾਰਨ ਦੇ ਵੀ ਹਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਦੇਖਦੇ ਹੋ ਪਰ ਮੈਂ ਜਿਹੜੇ ਤਰੀਕੇ ਨਾਲ ਦੇਖਦਾ ਉਹ ਮੈਂ ਆਪਣੀ opinion ਰੱਖ ਦੂੰਗਾ ਤੁਸੀਂ ਆਪਣੀਆਂ ਜਰੂਰ ਆਪਣੀਆਂ opinion ਦੇਓ ਵੀ ਤੁਸੀਂ ਕਿਤਰਾ ਦੇਖਦੇ ਆਂ ਅਗਰ ਸ਼ਾਇਦ ਸਾਡੀ ਮੈਚਿੰਗ ਵੀ ਹੋ ਸਕਦੀ ਆ ਨਾ ਵੀ ਕਿਉਂਕਿ ਸੇਮ ਆਪਣੀ ਉਮਰ ਆ ਤੇ ਸੇਮ ਵੀ ਆਪਣੇ ਟਰੋਟਸ ਨੂੰ ਲੱਗਦਾ ਵੀ ਹੋ ਸਕਦੇ ਆ ਵੀ ਪਰ ਆਪਾਂ ਗੱਲ ਫੇਰ ਸ਼ੁਰੂ ਉੱਥੇੋਂ ਕਰਾਂਗੇ ਵੀ ਜਿਹਦੀ ਅਸੀਂ ਸਭ ਤੋਂ ਜ਼ਿਆਦਾ ਸੌਂਦੇ ਆਂ ਮਾਂ ਪਿਓ ਤੋਂ ਵੀ ਪਹਿਲਾਂ ਦਿਮਾਗ ਦੀ ਹੈ ਨਾ ਬੰਦੇ ਦੇ ਦਿਮਾਗ ਦੀ ਬੰਦੇ ਵੀ ਹੈ ਨਾ ਵੀ ਕਿ ਉਹ ਜਾਂ ਬੰਦੇ ਦਾ ਦਿਮਾਗ ਹੁੰਦਾ ਵੇ ਤਈ ਕਿਹੜੇ ਸੋਚਦੇ ਵੀ ਕਿ ਤਰ੍ਹਾਂ ਹੁੰਦਾ ਬਾਕੀ ਤੁਹਾਡੇ ਦਿਮਾਗ ਚ ਇਸ ਟਾਈਮ ਕੀ ਚੱਲਣ데요 ਦਿਮਾਗ ਚ ਤਾਂ ਬਹੁਤ ਜਿਆਦਾ ਚੀਜ਼ਾਂ ਚੱਲਦੀਆਂ ਹੁੰਦੀਆਂ ਬਾਕੀ ਹੁਣ ਆਪਣੇ ਇੱਥੇ ਮਤਲਬ ਕਿ ਜਿਵੇਂ ਪੰਜਾਬੀਆਂ ਨੂੰ ਲੈ ਕੇ ਜਾ ਜਿਵੇਂ ਤੁਸੀਂ ਕਿਹਾ ਗੋਰਿਆਂ ਨਾਲ ਜਾਂ ਆਪਣੇ ਚ ਕੀ ਫਰਕ ਆ ਹੂੰ ਆਪਾਂ ਨੂੰ ਇੱਥੇ ਸ਼ੁਰੂ ਤੋਂ ਹੀ ਵੇਖਣ ਨੂੰ ਬੜਾ ਮਿਲਦਾ ਕਿ ਆਪਣੇ ਬੰਦੇ ਹੈਗੇ ਵੀ ਚਲੋ ਜਿਆਦਾ ਨਹੀਂ ਕਹਿਣਾ ਚਾਹੀਦਾ ਹੂੰ ਆਪਣੇ ਇੰਡੀਆ ਚ ਕਿੰਨੀਆਂ ਰਿਲੀਜੀਅਸ ਆ ਤਾਂ ਬਾਅਦ ਫਿਰ ਆਪਾਂ ਇੱਕ ਪੁਰਾਣੇ ਜਨਮਾਂ ਦੇ ਬੜਾ ਵਿਸ਼ਵਾਸ ਰੱਖਦੇ ਹਾਂ ਉਹ ਤੋਂ ਬਾਅਦ ਹੀ ਫਿਰ ਜੀ ਇਹ ਕਰਮਾਂ ਦਾ ਇਹ ਕਿਸਮਤ ਦਾ ਖੇਡ ਇਹ ਗੱਲਾਂ ਬਹੁਤ ਚੱਲਦੀਆਂ ਆਪਣੇ ਇੱਥੇ ਉਸ ਦਾ ਕਰਕੇ ਉਹ ਬੰਦੇ ਦੇ ਦਿਮਾਗ ਤੇ ਉਹਦਾ ਕੀ ਅਸਰ ਹੁੰਦਾ ਵਾ ਉਹ ਫਿਰ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿਨੇ ਕੰਮ ਆ ਜਾਂਦਾ ਕਿ ਜੇ ਆਸ ਹੀ ਲਾਸ਼ ਛੱਡਨੀ ਕਿ ਕੋਈ ਨਾ ਹੁੰਦਾ ਉਹ ਸੁਗਾ ਹਨ ਰੱਬ ਨੇ ਕਿਸਮਤ ਨਹੀਂ ਰੱਬ ਤੇ ਭਰੋਸਾ ਉਹ ਮੈਂ ਜੀ ਰੱਬ ਤੇ ਭਰੋਸਾ ਕਰਨਾ ਇੱਕ ਪੋਜ਼ਿਟਿਵ ਹੈ ਮੈਂ ਕਿ ਸਾਰੇ ਕਰਦੇ ਹਾਂ ਅਗਰੇਜ਼ ਵੀ ਤੇ ਕਰਦੇ ਆਉਣਗੇ ਪਰ ਆਪਾਂ ਉਹਨਾਂ ਨੂੰ ਖਿੱਚੀ ਜਾਈਏ ਵੀ ਨਹੀਂ ਪਰ ਉਹ ਮੈਨੂੰ ਲੱਗਦਾ ਮੈਂ ਤਾਂ ਮੈਂ ਤਾਂ ਪਿੱਛੇ ਪੈਣਾ ਜ਼ਿਆਦਾ ਭਜਦੇ ਆ ਨਾ ਬਿਲਕੁਲ ਸਹੀ ਉਹ ਜਿਹੜੇ ਸਾਲਾਂ ਦੇਖਿਆ ਜਾਵੇ ਅਸੀਂ ਕਿੰਨੇ ਵੀ ਆਪਾਂ 100 ਸਾਲ ਪਿੱਛੇ ਆ ਅਸੀਂ ਕਿਉਂ ਪਿੱਛੇ ਆ ਹੁਣ ਮੈਰੀ ਮੇਰੀ ਉਮਰ ਜੰਨੀ ਹੋਊਗੀ ਠੀਕ ਹੈ ਮੈਂ ਇਸ ਉਮਰ 'ਚ ਸੋਚਣਾ ਸ਼ੁਰੂ ਕਰ ਦੂੰਗਾ ਵੀ ਅਸੀਂ 100 ਸਾਲ ਪਿੱਛੇ ਆ ਤੇ ਮੈਂ ਹੁਣ ਕੀ ਮਰਨ ਤੱਕ ਇਹ ਹੀ ਗੁਣਗਾਈ ਜਾਊਗਾ ਵੀ ਅਸੀਂ 100 ਸਾਲ ਪਿੱਛੇ ਰਹੇ ਤੇ ਆਪਾਂ ਕਿਉਂ ਰਹੇ ਹੁਣ ਜਿਹੜੇ ਮਰ ਗਏ ਜਿਹੜੇ ਸ਼ਹੀਦ ਹੋ ਗਏ ਉਹ ਸਾਰੇ ਇਹ ਹੀ ਸੋਚਦੇ ਨੇ ਵੀ 100 ਸਾਲ ਪਿੱਛੇ ਰਹਿ ਗਏ ਆਪਾਂ ਅਸਕਰ ਉਹਨਾਂ ਨੇ 100 ਸਾਲ ਪਿੱਛੇ ਰਹਿ ਕੇ ਤੇ ਪਿੱਛੇ ਪਰ ਆਪਾਂ ਇੱਕ ਗੱਲ ਇਹ ਵੀ ਵੇਖੀ ਆ ਜੇ ਹੁਣ ਬ੍ਰਾਂਡ ਪਾਉਨੇ ਆਪਾਂ ਸੋਚੋ ਵੀ ਆ ਸਾਰੇ ਬ੍ਰਾਂਡ ਵਾਰਦੇ ਆ ਜੀਐਸਟੀ ਲੱਗਦੀ ਕਸਟਮ ਲੱਗਦਾ ਸਟੇਟ ਦੀ ਜੀਐਸਟੀ ਕਈ ਵਾਕੀ ਕਈ ਚੀਜ਼ਾਂ ਦੇ ਬਾਕੀ ਟੈਕਸ ਪੈਂਦੇ ਨੇ ਇਹਨਾਂ ਨੂੰ ਹਣਾ ਕਸਟਮ ਟੈਕਸ ਪੈ ਗਿਆ ਕਈ ਚੀਜ਼ਾਂ ਉਹ ਟੈਕਸ ਉਹ ਸਾਰੇ ਇਹੀ ਪੇ ਕਰਦੇ ਆ ਮੈਂ ਕਹਿੰਦਾ ਕੋਈ ਮੂਵੀ ਵੇਖਣ ਦਾ ਉਸੇ ਕਹਿੰਦੇ ਵੀ ਅਸੀਂ ਸ਼ਰਾਬ ਵੀ ਲੈਣੀ ਹੈ ਨਾ ਇੱਕ ਅਲਕੋਹਲ ਵੀ ਲੈਣੀ ਤਾਂ ਉੱਚੀ ਸ ਆਪਾਂ ਜੀਐਸਟੀ ਪੇ ਕਰਦੇ ਆ ਹੂੰ ਤੇ ਇੱਕ ਨਾਰਮਲ ਬੰਦਾ ਵੀ ਸ਼ਰਾਬ ਪੀਣ ਵਾਲਾ ਹੀ ਆ ਮੈਂ ਕਿ ਨਾਰਮਲ ਬੰਦੇ ਨੇ ਕਿ ਸ਼ਾਮ ਨੂੰ ਸ਼ਰਾਬ ਪੀਣੀ ਨਾਰਮਲ ਬੰਦੇ ਨੇ ਸ਼ਾਮ ਨੂੰ ਨਸ਼ਾ ਕਰ ਕਣਾ ਹੁਣ ਤੁਸੀਂ ਪਾਉਂਦੇ ਸੌ ਉਹ ਕੱਪੜੇ ਨਹੀਂ ਲੈਣੇ ਤਾਂ ਅਸੀਂ ਸੋਚ ਵੀ ਅੰਗਰੇਜ਼ ਆਡੇ ਦੇਸ਼ ਚ ਪਹਿਲਾਂ ਰਾਜ ਕਰਦੇ ਨੇ ਹੁਣ ਵੀ ਕਰਦੇ ਨੇ ਤਾਂ ਆਪਾਂ ਉਹ ਪਾਉਂਦੇ ਹੁਣਾ ਹੀ ਫਿਰ ਆਪਾਂ ਬ੍ਰਾਂਡ ਹੀ ਪਾਣੀ ਫਰਸ ਕਰਾਉ ਉਹ ਆਪਣੇ ਦੇਸ਼ ਚ ਬੈਠੇ ਨੇ ਤਾਂ ਅਸੀਂ ਉਹਨਾਂ ਨੂੰ ਫਾਲੋ ਕਰਦੇ ਹਾਂ ਨਾ ਤੇ ਉਸ ਹਿਸਾਬ ਨਾਲ ਤੇ ਬੰਦੇ ਦਿਮਾਗ ਨੂੰ ਮੀਨਸ ਕੀ ਆਈ ਚੀਜ਼ ਐ ਵੀ ਸੋਚ ਜਿੱਦਨ ਮਰਜੀ ਲੈ ਜਾਈ ਆਪਾਂ ਵੀ ਸੋਚਣ ਨੂੰ ਮੈਂ ਕਹਾਂ ਵੀ ਯਾਰ ਮੈਂ ਆਹ ਸਾਹਮਣੇ ਬੈਠਾ ਮੇਰੇ ਲੱਗੇ ਆ 2000 ਦੀ ਮੱਗੇ ਨੋਟ ਹੀ ਪੈ ਹੋਣਾ ਉਹ ਚੀਜ਼ ਸੋਚਣ ਤੇ ਕਰਨ ਤੇ ਬੜਾ ਫਰਕ ਐ ਸੋਚ ਆਪਾਂ ਕਿਤੇ ਵੀ ਲੈ ਕੇ ਜਾ ਸਕਦੇ ਆ ਸੋਚ ਆਪਾਂ ਇੱਥੇ ਬੈਠੇ ਬੈਠੇ ਚੰਦਰਮਾ ਦੀ ਸੋਚ ਲੈ ਕੇ ਜਾ ਸਕਦੇ ਵੀ ਆ ਚੰਦਰਮਾ ਇਹੋ ਜਿਹਾ ਦਿਖਦਾ ਹੋਊਗਾ ਇਹੋ ਜਿਹਾ ਇੱਥੇ ਬੰਦੇ ਆ ਆ ਪਹਿਲੀ ਹੀ ਬੰਦਾ ਗਿਆ ਆ ਵੀ ਆਪਾਂ ਕਰ ਸਕਦੇ ਇਹਨਾਂ ਲੋਕਾਂ ਨੇ ਜਮੀਨਾਂ ਵੀ ਕਹਿੰਦੇ ਲੈ ਲਈਆਂ ਚੰਦਰਮਾ ਦੇ ਜਿੱਤਰਾ ਬਾਈ ਜੀ ਗੱਲ ਦਿਮਾਗ ਦੀ ਚੱਲਣ ਦੀ ਹਣਾ ਵੀ ਗੱਲ ਦਿਮਾਗ ਦੀ ਲਾ ਲੋ ਤੁਸੀਂ ਵੀ ਦਿਮਾਗ ਆਪਣਾ ਕੁਝ ਵੀ ਕਰ ਸਕਦਾ ਕੁਝ ਮਾੜਾ ਕੰਮ ਹੀ ਕਰ ਸਕਦਾ ਤੇ ਕੁਝ ਚੰਗਾ ਕੰਮ ਹੀ ਕਰ ਸਕਦਾ ਹੁਣ ਸਪੋਜ਼ ਬੰਦਾ ਮਰਸੜੀ 'ਚ ਬੈਠਾ ਤੇ ਇੱਕ ਬੰਦਾ ਸਾਹਮਣੇ ਸਾਈਕਲ 'ਚ ਹੁਣ ਮਰਸੜੀ ਵਾਲਾ ਦਿਮਾਗ ਹੋ ਗਿਆ ਯਾਰ ਇਹਨੂੰ ਮੈਂ ਪ ਹੋਣ ਚੈਕ ਲਾਣੇ ਦਾ ਦਿਮਾਗ ਇਹ ਹੋਊਗਾ ਵੀ ਯਾਰ ਮੈਂ ਉਹ ਮਰਸੜੀ ਚ ਬੰਦਾ ਬੈਠਾ ਉਹਦੀ ਗੱਡੀ ਚੋਰੀ ਕਰ ਲਾਂ ਤੇ ਮੈਨੂੰ ਗੱਡੀ ਵਧੀਆ ਮਿਲ ਜੂਗੀ ਹਾਂ ਹੁਣ ਉਹ ਪੁੱਛ ਕੀ ਆ ਬੰਦੇ ਦਾ ਦਿਮਾਗ ਇਹ ਚ ਕੀ ਆ ਕਿਸਮਤ ਸੋਚਣ ਦੇ ਵੀ ਸੂਚ ਉਹ ਮੇਰੀ ਗੱਡੀ ਹੋ ਜਾਏ ਤੇ ਮੈਂ ਚੋਰੀ ਕਰ ਲਾਂ ਉਹ ਚ ਕਿਸਮਤ ਜੀ ਰਿਹਾ ਹੁਣ ਉਹ ਬੰਦਾ ਮਿਹਨਤ ਤੇ ਆਊਗਾ ਕਿ ਮਿਹਨਤ ਦੀ ਕਮਾਈ ਭਈ ਭਾਵੇਂ ਪਿਓ ਦੀ ਪਈ ਭਾਵੇਂ ਕੀਦੀ ਭਈ ਉਹ ਕਲੈਰੀਫਾਈ ਕਰਦੇ ਆ ਪਰ ਇਹ ਵੀ ਉਹ ਉਹਨੇ ਜਦੋਂ ਕਹਿ ਆ ਵੀ ਹਾਂ ਚੱਲ ਮੈਨੂੰ ਪੈਸੇ ਦੇ ਸਕਦਾ ਚੱਲ ਤਾਂ ਥੋੜਾ ਪਤਾ ਵਧੀਆ ਚੱਲ ਜੂਗਾ ਤੇ ਧੀ ਪੁੱਤ ਉਹਨੇ ਵਧੀਆ ਚੱਲ ਜਣਗੇ ਹਣਾ ਉਹਨੇ ਪੋਜ਼ਿਟ ਕੋਸੋ ਚੇ ਵੀ ਆ ਰਹਾ ਹੈ ਬੰਦਾ ਕੀ ਤਰ੍ਹਾਂ ਫਿਰਦਾ ਵਾ ਮੈਂ ਗੱਡੀ ਤੇ ਮੈਨੂੰ ਰਾਹ ਨਹੀਂ ਦੇਂਦਾ ਸਪੋਜ਼ ਉਹਨੂੰ ਰਾਹ ਨਾ ਦਿੰਦਾ ਹੋਵੇ ਤੇ ਮੈਨੂੰ ਬੜਦਾ ਕੇ ਪਰੇ ਜਾਵਾਂ ਮੈਂ ਕੋਈ ਨਾ ਪੈਸਾ ਮੈਂ ਛੱਡ ਦੂੰਗਾ ਤੇ ਘਰ ਪਰਵਾਰ ਚ 네ਗੇਟਿਵ ਇਹ ਹੋਊਗੀ ਬਿਲਕੁਲ ਚੱਕਾ ਮੇਰੇ ਕੋਲ ਪੈਸਾ ਪਿਆ ਵਾ ਉਹ ਮਿਹਨਤ ਦਾ ਦੁਸ਼ਮਣ ਹੀ ਮੈਂ ਕਿ ਮਿਹਨਤ ਦਾ ਜਿਹੜਾ ਲਕ ਜਿਹੜਾ ਪੁਜਾਰੀ ਆ ਉਹਨੇ ਕਹਿੰਦਾ ਮੈਂ ਭਾਈ ਉਹ ਤੇ 네ਗੇਟਿਵ ਸੋਚ ਹੋ ਗਈ ਦੀ ਜੀ ਮੇਰੇ ਕੋਲ ਪੈਸਾ ਪਿਆ ਮੈਂ ਛੁਡਾ ਸਕਦਾ ਜਿੰਨਾ ਮਰਜੀ ਬਿਲਕੁਲ ਕਿ ਬੰਦਿਆਂ ਦਾ ਤੇ ਹੋ ਗਿਆ ਆਪਣਾ ਇਹ ਕਿ ਜੇ ਮੈਂ ਉਹਨਾਂ ਨੂੰ ਕੰਮਕਾਰ ਤੇ ਰਿਲੇਟਡ ਆ ਸੁਭਾਅ ਉਹਨਾਂ ਜਿਵੇਂ ਲੇਡੀਜ਼ ਦਾ ਤੇ ਬੰਦਿਆਂ ਦੇ ਸੁਭਾਅ 'ਚ ਵੀ ਫਰਕ ਹੁੰਦਾ ਉਹ ਗੱਲ ਹੈ ਨਾ ਕਿ ਉਹਨਾਂ ਦਾ ਦਿਮਾਗ ਤੁਹਾਨੂੰ ਕੀ ਲੱਗਦਾ ਹੈ ਕਿ ਲੇਡੀਜ਼ ਹੁਣ ਸੋਚੋ ਵੀ ਸਾਡੇ 'ਚ ਕੋਈ ਬੈਠਾ ਤੇ ਨਹੀਂ ਹੈ ਨਾ ਕੋਈ ਬੱਕਰਾ ਤੇ ਹੁਣ ਲੇਡੀਜ਼ ਦਾ ਦਿਮਾਗ ਯਾਰ ਆਫ ਕੋਰਸ ਵੱਖਰਾ ਹੀ ਚੱਲਦਾ ਵਾ ਲੇ ਉਹਦਾ ਹੋਏ ਉਹ ਮਨ ਬ੍ਰੇਨ ਤੇ ਹੁੰਦਾ ਤੇ ਇੱਕ ਹੀ ਆ ਪਰ ਫਿਰ ਵੀ ਸੋਚਣ ਦਾ ਲੇਡੀਜ਼ ਚ ਫੀਲਿੰਗ ਆ ਜਾਂਦੀਆਂ ਲੇਡੀ ਲੇਡੀਜ਼ ਆਂ ਦਾ ਲੇਡੀਜ਼ ਊਮਨ ਇਹ ਜਾਚ ਫੀਲਿੰਗ ਹੁੰਦੀਆਂ ਜੜੀਆਂ ਪਰ ਕਿਸੇ ਹੱਦ ਤੱਕ ਜਾ ਕੇ ਖਤਮ ਹੋ ਜਾਂਦੀਆਂ ਮਨ ਇਨਸਾਨ 'ਚ ਵੀ ਫੀਲਿੰਗ ਹੁੰਦੀਆਂ ਵਾ ਇਨਸਾਨ ਕੱਢਦਾ ਨਹੀਂ ਕਿ ਅੱਗੇ ਕਿਉਂਕਿ ਇਨਸਾਨ ਨੂੰ ਆਤ ਪੈ ਅੱਗੇ ਜਾ ਕੇ ਭਾਵੇਂ ਆਪਾਂ ਕਿੰਨਾ ਵੀ ਜ਼ੋਰ ਲਾ ਲਈਏ ਉਹਨੂੰ ਕੱਲੇ ਤੁਰਨ ਦੀ ਹੱਤ ਪੈ ਜਾਂਦੀ ਆਤ ਪਾਉਂਦਾ ਵੀ ਉਹ ਆਪ ਆ ਤੇ ਆਤ ਜਾਣ ਬੁੱਝ ਕੇ ਵੀ ਕੀ ਪਾਉਂਦੇ ਸਪੋਜ਼ ਮੈਂ ਜਾਣ ਬੁੱਝ ਕੇ ਪਾ ਸਕਦਾ ਜਾਂ ਮੈਨੂੰ ਹੁੰਦੀ ਵੀ ਪਹਿਲਾਂ ਹੋ ਗਈ ਮੈਂ ਕੱਲਾ ਹੀ ਰਹਿਣਾ ਹੈ ਨਾ ਬਰਾਂਡਿੰਗ ਇਤਰਾ ਹਣ ਕੁੜੀ ਦੀ ਸੋਚ ਨਹੀਂ ਅਲੱਗ ਤਰੀਕੇ ਦੀ ਹੁੰਦੀ ਥੋੜੀ ਜੀ ਉਹ ਕੁਝ ਮਾੜਾ ਵੀ ਆ ਗਲਤ ਹੋਈ ਫਿਰ ਕੁਝ ਮਾੜਾ ਵੀ ਸੋਚ ਸਕਦੀ ਚੰਗਾ ਵੀ ਸੋਚ ਸਕਦੀ ਹਣ ਕੁੜੀਆਂ ਦਾ ਮੈਂ ਕਿ ਕੱਪੜਾ ਤੇ ਲਾ ਲਓ ਜੇ ਕੱਪੜੇ ਵੇਖ ਕੇ ਛੱਡ ਜਾਈ ਮੈਂ ਕਈ ਇਹ ਵੀ ਵੇਖਿਆ ਦਾ ਵੀ ਕੁੜੀਆਂ ਕੋਲ ਤੇ ਆਂਦੇ ਕੁੜੀ ਦੇ ਕੱਪੜੇ ਦੇ ਵੇਖ ਕੇ ਛੱਡ ਜ ਮੁੰਡੇ ਮਿਲੂ ਗਏ ਨੇ ਇੱਕ ਨੇ ਏਚੀਵ ਜ਼ਿਆਦਾ ਕਰ ਲਿਆ ਦੂਜੇ ਨੇ ਨਹੀਂ ਉਹ ਤਾਂ ਨਹੀਂ ਉਹ ਤਾਂ ਨਹੀਂ ਉਹ ਤਾਂ ਮੋਟੀਵੇਸ਼ਨ ਲੈਂਦੇ ਜ਼ਿਆਦਾ ਮੈਨੂੰ ਲੱਗਦਾ ਕਿ ਮੁੰਡੇ ਜ਼ਿਆਦਾ ਨਹੀਂ ਹਾਂ ਇਹੋ ਜੀ ਜੈਲੇ ਸਾਰੀ ਗੱਲ ਮੁੰਡਿਆਂ ਚ ਆਪਸ ਚ ਘਾਟੀ ਹੁੰਦੀ ਹਾਂ ਘਾਟੀ ਜ਼ਿਆਦਾ ਸਪੋਰਟ ਜ਼ਿਆਦਾ ਆਹ ਕੁੜੀਆਂ ਚ ਵੀ ਇਹ ਗੱਲ ਹੁੰਦੀ ਹੈ ਹੁਣ ਆਪਾਂ ਕੁੜੀਆਂ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਸਾਰੀਆਂ ਨੂੰ ਨਹੀਂ ਕਹਿ ਸਕਦੇ ਮੁੰਡੇ ਸਾਰੇ ਨੂੰ ਨਹੀਂ ਇਤਨਾ ਚੰਗੇ ਹਰ ਸਪੋਜ਼ ਹੁਣ ਸਾਹਮਣੇ ਸਾਹਮਣੇ ਮੇਰੇ ਬੰਦਾ ਦਾ ਦਾਵਾ ਉਹ ਤਿੰਨ ਬਰੀ ਆਪਣਾ ਜਿਹਨੂੰ ਕਹਿੰਦੇ ਡੰਬਾ ਜਿੰਮ ਲੁੰਦੇ ਬੰਦੇ ਉਹ ਚੈਂਪੀਅਨ ਬਣ ਗਿਆ ਸੋ ਸੋ ਉਹਨਾਂ ਜੋ ਰੋਲ ਆ ਰਹੇ ਹਮਮ ਓਕੇ ਹਮ ਬੰਦੇ ਹੁਣ ਸੋਚੋ ਵੀ ਆਪਾਂ ਜਿਵੇਂ ਜੋ ਪਸ਼ਪਰਦਾਲ ਕੀਤੀ ਜਾਵੇ ਤੇ ਵਿੱਚ ਡਰੱਗਸ ਵੀ ਆ ਸਕਦੇ ਬੰਦੇ ਕਿਉਂਕਿ ਪਿੱਛੇ ਜੇ ਮੈਂ ਸੁਣਨ ਡਿਆ ਕਿਤੇ ਸੁਣਨ ਚ ਆ ਕੇ ਕਹਿੰਦਾ ਵੀ ਬੰਦੇ ਨਾ ਐਡੇ ਐਡੇ ਮੋਟੇ ਤੇ ਸਾਈਕਲ ਚਲਾਉਂਦੇ ਆ ਆਪਾਂ ਇੰਨਾ ਇੰਨਾ ਚਲਾ ਲੈਣੇ ਇੱਕ ਦਿਨ ਚ ਸਾਈਕਲ 200 200 ਕਿੰਨੇ ਪੈਂ ਕਿੰਨਾ ਕਿੰਨਾ ਕਹਿੰਦੇ ਕਿਲੋਮੀਟਰ ਕਹਿੰਦਾ ਜੀ ਹੋ ਨਹੀਂ ਸਕਦੀ ਕਹਿੰਦਾ ਅੱਜ ਤੁਸੀਂ ਡਰੋਗ ਟੈਸਟ ਕਰਾ ਲਓ ਤੇ ਨਸ਼ਾ ਨਿਕਲਾਊਗਾ ਕਵਾ ਕਿ ਆਪਾਂ ਨਸ਼ਾ ਬਹੁਤ ਕੁਝ ਕਰ ਸਕਦੇ ਹੁਣ ਸ਼ਰਾਬ ਪੀਣ ਤੋਂ ਬਾਅਦੀਆਂ ਕੁਝ ਡਰੱਗਸ ਲੈਣ ਤੋਂ ਬਾਅਦ ਬੰਦੇ ਦਾ ਆ ਜਿਹੜੇ ਜਿਹੜੇ ਦਿਮਾਗ ਦੇ ਜਿਹੜੇ ਉਹ ਮੋਲੀਕੂਲਸ ਨੇ ਮਕੀ ਹੁੰਦਾ ਨਾ ਉਹ ਚ ਕੁਝ ਵੀ ਬਲਾ ਲਓ ਮੈਨੂੰ ਨੇ ਜਿਆਦਾ ਨੌਲੇਜ ਨਹੀਂ ਇਹ ਚੀਜ਼ਾਂ ਦੀ ਉਹ ਜੰਦੇ ਉਹ ਬਹੁਤ ਫਰਜ ਜਾਂਦੇ ਆ ਆਪਾਂ ਜਿੱਤਰਾ ਕੋਈ ਵੀ ਨਾ ਚਾਹ ਲਾਓ ਆ ਪੋਜ਼ਿਟਿਵ ਹੁੰਦਾ ਬਨੇ ਆਂ ਆਂ ਕਾਈ ਆਪਾਂ ਬੋਲ 21 ਦਿਨ ਨਾ ਚਾਹੁੰਦਾ ਉਹਨੂੰ ਆਪਾਂ ਖਾਣ ਤੋਂ ਬਾਅਦ ਆਪਾਂ ਪੋਜ਼ਿਟਿਵ ਹੋ ਸਕਦੇ ਨੇ ਨੈਗੇਟਿਵ ਹੋ ਸਕਦੇ ਨੇ ਨੈਗੇਟਿਵ ਹੋਗਾ ਤੇ ਮਰ ਚੱਲਾ ਮਰ ਚੱਲਾ ਮਰ ਚੱਲ ਇਹ ਚੀਜ਼ ਹੁੰਦੀ ਆ ਮੈਨੂੰ ਇਹ ਮੇਰੇ ਸਾਬ ਤੱਕ ਜਿੱਥੇ ਤੱਕ ਸੋਚ ਨਹੀਂ ਕੁੜੀਆਂ ਦੀ ਸੋਚ ਲੱਗ ਹੁੰਦੀ ਜਿੱਥੋਂ ਤੱਕ ਮੇਰੇ ਸਾਬ ਨਹੀਂ ਪਰ ਬੰਦੇ ਤੋਂ ਬਹੁਤ ਬੰਦਾ ਕੋਈ ਬੈਠਾ ਹੋਊਗਾ ਬਾਕੀ ਬੈਠਾ ਹੋਗੇ ਇਧਰ ਤੇ ਜਨਾਨੀ ਬੈਠੀ ਹੋਊ ਅਲਗ ਅਲਗ ਸੋਚ ਹੋਊਗੀ ਇਹਨਾਂ ਦੀ ਤੇ ਅਲਗ ਅਲਗ ਐ ਕਿ ਕਿਦਾਂ ਮੈਚਿੰਗ ਉਹਨਾਂ ਦੀ ਕੰਪਰਮਾਈਜ਼ ਕਰਕੇ ਹੋਊਗੀ ਪਰ ਅਗਰ ਸੋਚ ਦੀ ਗੱਲ ਕਰਾਂ ਸੋਚ ਅਲੱਗ ਹੋਊਗੀ ਸੋਚ ਅਲੱਗ ਆ ਪਰ ਕਿਸਮਤ ਤੇ ਜਿਹੜਾ ਜ਼ਿਆਦਾ ਹੀ ਡੋਲ ਜਾਂਦਾ ਵਾ ਕਿਸਮਤ ਤੇ ਹੀ ਡਿਪੈਂਡਡ ਹੋ ਜਾਂਦਾ ਦੇਖੋ ਪੂਰੀ ਕੁੜੀ ਦਾ ਉਹ ਉਹਦੇ ਮਿਹਨਤ ਨਹੀਂ ਕਰਦੀ ਹਾਂ ਆਲੇ ਤੇ ਸੇਮ ਹੀ ਆਂਦਾ ਹਾਂ ਕੁੜੀ ਮਿਹਨਤ ਲਗਾਦੀ ਮੁੰਡੇ ਮਿਹਨਤ ਬਹੁਤ ਕਰਦੇ ਬਹੁਤ ਮਿਹਨਤ ਕਰਦੀਆਂ ਕੁੜੀਆਂ ਹਾਂ ਹੁਣ ਕਹਿੰਦੇ ਹੁਣ ਤੜਦੀਆਂ ਪਰ ਹੁਣ ਆਪਣੀ ਪਹਿਲਾਂ ਸੋਚ ਹੁੰਦੀ ਗੁੜੀਆਂ ਦੀ ਵੀ ਆ ਕੋਈ ਨਹੀਂ ਮੁੰਡਿਆਂ ਨਾਲ ਲੱਭ ਲਾਂਗੇ ਗੱਲ ਮੁੱਕੀ ਹੁਣ ਇੱਕ ਇੱਕ ਬਾਡੀ ਆ ਜਿ ਤਰ੍ਹਾਂ ਇੱਕ ਕੁੜੀ ਦੀ ਬਾਡੀ ਇੱਕ ਮੁੰਡੇ ਦੀ ਬਾਡੀ ਜਦੋਂ ਜੰਮਦੇ ਆ ਜਦੋਂ ਰਿਸ਼ਤਾ ਸਭ ਤੋਂ ਪਹਿਲਾਂ ਰਿਸ਼ਤਾ ਨਾਲ ਜੁੜਦਾ ਧੀ ਜਾਂ ਪੁੱਤ ਦਾ ਅਗਰ ਧੀ ਹੁੰਦੀ ਤੇ ਇਹਦਾ ਰਿਸ਼ਤਾ ਜੁੜਦਾ ਤੇ ਪਿਓ ਮਾਂ ਪਿਓ ਵਾਲੇ ਜਿਹੜੇ ਕੁੜੀ ਮੁੰਡਿਆਂ ਦੇ ਉਹ ਮਾਪਿਓ ਬਣ ਜਾਂਦੇ ਤਬਦੀਲ ਹੋ ਜਾਂਦੇ ਉਹਨਾਂ ਦਾ ਆਖਰ ਇਹ ਗਾ ਸਕਦਾ ਕਿ ਅੱਗੇ ਜਾ ਕੇ ਨਾ ਦਾਦਾ ਨਾਨਾ ਬੜੇ ਬੰਗੀ ਰਿਸ਼ਤੇ ਬਣਨ ਡੈ ਪੈਂਦੇ ਨੇ ਆਖਰ ਤੱਕ ਰਿਸ਼ਤੇ ਬਣਦੇ ਨੇ ਨੇ ਹਨਾ ਗਾ ਬਾਕੀ ਕੋਣ ਬਣ ਗਿਆ ਕੁੜਮੀ ਬਣ ਗਈ ਜੋ ਮਾਸੇ ਚਾਚ ਬਹੁਤ ਬਹੁਤ ਗਾਂ ਦੇ ਰਿਸ਼ਤੇ ਜੋੜਦੇ ਜਾਂਦੇ ਨੇ ਜਿਵੇਂ ਜਿਵੇਂ ਆਪਣੇ ਰਿਸ਼ਤੇਦਾਰਾਂ ਚ ਵੀ ਮਕੀ ਨਾਣੇ ਜਾਂਦੇ ਜਾਂਦੇ ਨੇ ਉਹ ਮੇ ਰਿਸ਼ਤੇ ਜੁੜੀ ਜਾਂਦੇ ਨੇ ਹੋਰ ਦੀ ਹੋਰ ਗਾਂ ਦੀ ਗਾਂ ਹਨਾ ਤੇ ਜਿ ਤਰ੍ਹਾਂ ਸਭ ਤੋਂ ਆਪਣੇ ਕੁੜੀ ਮੁੰਡਾ ਜੰਮਦੀ ਆ ਹਨਾ ਤੋਂ ਕੀ ਪੁੱਤ ਦਾ ਰਿਸ਼ਤਾ ਲੱਗ ਜਾਂਦੀ ਫਿਰ ਕੁੜੀ ਮਾਸੀ ਬਣਦੀ ਆ ਹਨਾ ਭੂਆ ਵੀ ਬਣਦੀ ਆ ਹਰ ਰਿਸ਼ਤਾ ਬਣਦੀ ਚਾਚੀ ਬਣਦੀ ਦਾਈ ਵੀ ਬਣਦੀ ਮਾਸੀ ਬਣਦੀ ਆ ਹਨਾ ਭੈਣ ਵੀ ਬਣਦੀ ਆ ਹਨਾ ਘਰ ਵਾਲੀ ਬਣਦੀ ਆ ਇੱਕ ਕੁੜੀ ਬਣਦੀ ਆ ਹਨਾ ਸਭ ਕੁਝ ਬਣਦੀ ਆ ਮੁੰਡਾ ਵੀ ਇਤਰਾ ਬਣਦਾ ਮੁੰਡਾ ਮਾਮਾ ਬਣਦਾ ਚਾਚਾ ਬਣਦਾ ਤਾਇਆ ਬਣਦਾ ਭੂਆ ਪੱਪੜ ਸਾਰੇ ਬਣਦੇ ਹੋ ਬਾਕੀ ਰਿਸ਼ਤੇ ਸਾਰੇ ਕੁੜੀ ਆਪਣੇ ਉੱਤੇ ਹੁੰਨਦਾ ਵਾ ਤੇ ਉਹਨਾਂ ਦੇ ਵਿੱਚ ਬੰਦਾ ਮਸ਼ਹੂਰ ਹੁੰਦਾ ਵਾ ਮੈਂ ਗੱਲ ਕਰਾਂ ਵੀ ਇੱਥੇ ਆਪਣੀ ਮਿਹਨਤ ਤੇ ਕੰਮ ਕਰ ਕਰਕੇ ਮਿਹਨਤ ਸਿਰਫ ਤੁਸੀਂ ਪੈਕ ਮੋਨਲੀ ਉਹ ਚ ਕੋਈ ਚੀਜ਼ ਪਰਖ ਨਹੀਂ ਸਕਦੇ ਜੇ ਮਨ ਸਪੋਝ ਤੁਹਾਨੂੰ ਕਹਾਂ ਵੀ ਬਾਈ ਜੀ ਆ ਪਹਿਲੇ ਲਾਜੋ ਹੁਣ ਉਹ ਰਿਸ਼ਤੇਦਾਰ ਦੋਵੇਂ ਬੈਠੇ ਹਨ ਉਹਨਾਂ ਨੂੰ ਪਰਖ ਕੇ ਆਓ ਤੇ ਨਹੀਂ ਪਰਖ ਸਕਦੇ ਕੀ ਗੱਲ ਕਰੋਗੇ ਉਹਨਾਂ ਨਾਲ ਜਾ ਕੇ ਕੀ ਮਕੇ ਉਹਨਾਂ ਨਾਲ ਕਈ ਪਾਜੀ ਦਈ ਨੂੰ ਆਪਣੀ ਪਰਖ ਦੱਸੋ ਆਪਣੇ ਬਾਰੇ ਦੱਸੋ ਵਾੜ ਮੋਟ ਚੰਗਾ ਵਿਚਾਰ ਉਹ ਚੰਗੇ ਕਹਿਣਗੇ ਆਪਣੇ ਨੂੰ ਵੀ ਹਾਂ ਭਈ ਆਪਾਂ ਚੰਗੇ ਆਪਾਂ ਮਾੜੇ ਨਹੀਂ ਪਾਂਡਿੰਗੇ ਹਣਾ ਉਹ ਹੀ ਚੀਜ਼ ਹੋ ਗਈ ਆਪਾਂ ਜਿਤਨਾ ਨਹੀਂ ਕਰ ਸਕਦੇ ਆਪਾਂ ਨੂੰ ਪਰਖਣਾ ਪੈਣਾ ਜੇ ਤੁ ਆਪਾਂ ਕਿਹੜੇ ਚ ਬੈਣ ਨੇ ਵਿਚਾਰ ਧਾਰਾ ਕਰਦੇ ਆ ਤੇ ਆਪਾਂ ਨੂੰ ਬਹਿਣਾ ਪੈਣਾ ਉਹਨਾਂ ਚ ਆਪਾਂ ਨੂੰ ਵਿੱਚ ਵਿਚਰਨਾ ਪੈਣਾ ਵੀ ਹਾਂਜੀ ਭਾਈ ਚੰਗਾ ਮਾੜਾ ਕੀ ਹੋਣਾ ਆਪਾਂ ਤੋ ਇਹਨੂੰ ਟਾਈਮ ਲੱਗਦਾ ਰਿਸ਼ਤੇ ਨੂੰ ਥੋੜਾ ਟਾਈਮ ਲੱਗਦਾ ਆਪਾਂ ਪੈਸੇ ਦੀ ਗੱਲ ਕਰੀਏ ਤਾਂ ਪੈਸੇ ਤੁਸੀਂ ਜੋ ਮਰਜ਼ੀ ਖਚਗੇ ਤੁਸੀਂ ਕਰ ਸਕਦੇ ਬਾਕੀ ਚੀਜ਼ਾਂ ਲੈ ਸਕਦੇ ਜੇ ਪਰ ਰਿਸ਼ਤੇਦਾਰੀ ਤੁਸੀਂ ਨਹੀਂ ਖਰੀਦ ਸਕਦੇ ਪੈਸੇ ਤੇ ਸਾਰੇ ਨਾਲ ਵੀ ਨਹੀਂ ਟਾੜਦੇ ਹੁੰਦੇ ਜੇ ਮੈਂ ਕਹਾਂ ਵੀ ਤੁਹਾਡੇ ਕੋਲ ਪੈਸੇ ਤੇ ਤੁਹਾਡੇ ਸਾਰੇ ਨਾਲ ਰਿਸ਼ਤੇਦਾਰ ਨਹੀਂ ਹੁੰਦੇ ਕਈ ਜਮੀਰ ਦੇ ਹੁੰਦੇ ਨੇ ਤੇ ਕਈ ਸਰੀਰ ਦੇ ਹੁੰਦੇ ਨੇ ਤੇ ਕਈ ਲਾਲਚ ਦੇ ਹੁੰਦੇ ਨੇ ਪਰ ਪੈਸਾ ਬਹੁਤਿਆਂ ਦਾ ਮੂੰਹ ਬੰਦ ਕਰਾ ਦਿੰਦਾ ਮਤਲਬ ਜੇ ਮੈਂ ਜਨਾਚਰ ਬੰਦੇ ਕੋ ਪਿਆ ਹੈ ਐਸੇ ਨਹੀਂ ਤਾਂ ਗੰਦੇ ਸਾਰਿਆਂ ਦਾ ਜਿਹਦੀ ਫੋਟੋ ਲੱਗੀ ਉਹਦਾ ਮੂੰਹ ਬੰਦ ਹੋਇਆ ਇਸ ਕਰ ਗੱਲ ਕਰਾਂ ਗੱਲ ਜਦੋਂ ਪਿਆ ਆ ਜਾਂਦਾ ਉਦੋਂ ਮਤਲਬ ਕਿ ਜਿਹੜੇ ਗੱਲਾਂ ਕਰਨ ਵਾਲਿਆਂ ਦਾ ਉਹਨਾਂ ਦਾ ਮੂੰਹ ਆਟੋਮੈਟਿਕ ਬੰਦ ਹੋ ਜਾਂਦਾ ਉਹਦਾ ਬੰਦਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ ਉਹਨਾਂ ਦਾ ਬੰਦ ਕਰਵਾਉਣ ਦੀ ਮੂਹ ਨਹੀਂ ਹੁੰਦਾ ਪਰ ਜਦੋਂ ਬੰਦਾ ਕਾਮਯਾਬ ਹੋ ਜਾਊਗਾ ਤੇ ਕਾਮਯਾਬ ਨੂੰ ਮੂੰਹ ਕਾ ਹੋਗਾ ਸਾਇਲੈਂਟ ਜਦੋਂ ਘੜੀ ਦੀ ਟਿਕ ਟਿਕ ਕਰਨ ਰਹਿ ਪੈਂਦੀ ਨਾ ਫਿਰ ਸਮਝ ਲਓ ਬਹੁਤ ਜ਼ਿਆਦਾ ਸਾਇਲੈਂਸ ਹੈ ਤੇ ਜਦੋਂ ਬਹੁਤੀ ਜਿਆਦਾ ਟਿਕ ਟਿਕ ਵਕੀਲ ਵੱਜਣ ਦਾ ਪੇ ਜਦੋਂ ਘੜੀ ਦੀ ਬਹੁਤ ਜਿਆਦਾ ਆਵਾਜ਼ ਸੁਣੀਆਂ ਦੀ ਸੁਣਨ ਦਾ ਪੇ ਫਿਰ ਡਰਨਾ ਚਾਹੀਦਾ ਬੇ ਅੰਦਰੋਂ ਬਹੁਤ ਤਕੜਾ ਸ਼ੋਰ ਹੋਣ ਵਾਲਾ ਹਨਾ ਵੀ ਇੱਕ ਕਮਰੇ ਜਦੋਂ ਟਿਕ ਟਿਕ ਦੀ ਆਵਾਜ਼ ਆਉਂਦੀ ਹੋਵੇ ਉਦੋਂ ਡਰਨਾ ਚਾਹੀਦਾ ਬੰਦੇ ਨੂੰ ਹਮੇਸ਼ਾ ਵੀ ਅੰਦਰੋਂ ਜੇ ਸ਼ੋਰ ਜੇ ਬੰਦੇ ਬੈਠੇ ਅੰਦਰ ਜਾਂ ਕੋਈ ਕੋਈ ਜਾਤ ਬੈਠੀ ਇਨਸਾਨ ਦੀ ਤੇ ਘੜੀ ਦੀ ਆਵਾਜ਼ ਹੁੰਦੀ ਆ ਵੀ ਸ਼ਾਂਤੀ ਬਹੁਤ ਆ ਯਾਂ ਦੇ ਅੰਦਰ ਬਹੁਤ ਤਕੜਾ ਰੋਲਾ ਆਉਣ ਵਾਲਾ ਤੇ ਯਾਂ ਤੇ ਸਾਨੂੰ ਰੋਲੇ ਤੋਂ ਬਚਣ ਤੋਂ ਇੱਥੋਂ ਜਾਣਾ ਪੈਣਾ ਆਨੂੰ ਨਿਕਲਣਾ ਪੈਣਾ 15-20 ਮਿੰਟਾਂ ਤੱਕ ਦੇ ਇਸ ਦੇ ਇਸ ਇਲਾਕੇ ਜਿਹੋ ਇਸ ਕਮਰੇ ਦੇ ਲਾਗ ਹੋਈਆਂ ਇਸ ਘਰ ਤੋਂ ਨਿਕਲ ਜਾਉ ਦੂਰੇ ਇੱਥੇ ਬਾਕੀ ਕੁਛ ਨਾ ਕੁਛ ਹੋ ਨਹੀਂ ਆਲਾ ਹੁਣ ਪੋਜ਼ਿਟਿਵ ਵੀ ਹੋ ਸਕਦਾ ਨੈਗੇਟਿਵ ਵੀ ਹੋ ਸਕਦਾ ਹੁਣ ਪਤਾ ਨਾ ਕੋਈ ਚੀਜ਼ ਹੈ ਹੁਣ ਸੁਪੋਜ਼ ਮਾਰੇ ਬੰਦੇ ਦੇ ਅੰਦਰ ਹੀ ਪੈ ਹੁੰਦੇ ਹੁਣ ਪਤਾ ਤੇ ਚੁੱਪ ਕੀਤਾ ਬੰਦੇ ਪੜਾਈ ਤੋਂ ਕਰਦੇ ਆ ਚੁੱਪ ਕਰਕੇ ਕਰਦੇ ਆ ਤੇ ਦਿਖਾਵਾ ਕਰਨ ਵਾਸਤੇ ਸਾਨੂੰ ਬੋਲਣਾ ਪੈਣਾ ਵੀ ਮੈਂ ਆ ਚੀਜ਼ ਪੜ ਰਿਹਾ ਮੈਂ ਆ ਚੀਜ਼ ਬੋਲ ਰਿਹਾ ਉਨਾ ਆਪਣ ਬੋਲ ਕਿਸਮ ਦੱਸਣੇ ਪੈਣ ਦੀ ਵੀਡੀਓ ਨਾ ਵੀ ਆ ਚੀਜ਼ਾਂ ਦੇ ਤੇ ਆਪਾਂ ਗੱਲ ਕਰਨ ਦੇ ਹੁਣ ਮੈਂ ਚੁੱਪ ਰਹਾਂਗਾ ਪਰ ਵਰਕਾ ਆਪਣੇ ਅਚ ਪੜ ਲਉ ਤੁਸੀਂ ਆਪਣੇ ਅਚ ਬਣ ਲਈ ਪੜੀ ਜਾਵੇ ਵੀ ਆ ਚੀਜ਼ ਵਿਚਾਰ たら ਆਪਣੇ ਕੋ ਟੋਪਿਕ ਆ ਉਹਨਾਂ ਨੂੰ ਵੀ ਸੁਣਾਵਾਂਗੇ ਇਹ ਚੀਜ਼ ਕੋਈ ਚੀਜ਼ ਬੋਲ ਕੇ ਸ ਸਮਝਾਈ ਜਾਂ ਜਾਂਦੀਆਂ ਨੇ ਨਿਤਰ ਵਾਇਲ ਸਾਰਾ ਟੈਸਟ ਲਾ ਲਓ ਲਿਸਨਿੰਗ ਰੀਡਿੰਗ ਤੇ ਸਪੀਕਿੰਗ ਵਾਲਾ ਉਹ ਸਿਸਟਮ ਲਾ ਲਓ ਤੁਸੀਂ ਐਸੇ ਸੁਣਾ ਬਾਕੀ ਕਿਸਮਤ ਦੀਨ ਵਾਲੇ ਤੇ ਇਦਾਂ ਤੁਹਾਨੂੰ ਪਤਾ ਹੀ ਆ ਕਿ ਕੀ ਜਿੰਨਾ ਚਿਰ ਉਹ ਕਿਸਮਤ ਨੂੰ ਰੋਂਦੇ ਰਹਿਣਗੇ ਕੀ ਕਰ ਪਉਣਗੇ ਲਾਈਫ 'ਚ ਤੁਹਾਨੂੰ ਵੀ ਲੰਕੀ ਲੱਗਦਾ ਤੇ ਕਿਸਮਤ ਨੂੰ ਹੀ ਪੇਟ ਦੇ ਰਾਇ ਸਾਰੀ ਉਮਰ ਇੱਕ ਹੀ ਯਾਰ ਜਮਨ ਦਾ ਬੱਚਾ ਵੀ ਰਹੁੰਦਾ ਹਾਂ ਜਮਨ ਦਾ ਬੱਚਾ ਰਹੁੰਦਾ ਤੇ ਜਦੋਂ ਜਮਨ ਦਾ ਬੱਚਾ ਹੀ ਤੱਕ ਬੱਚਾ ਵਾ ਤੇ ਜਮਨ ਦਾ ਤੋ ਰਿਸ਼ਤੇਦਾਰ ਬਹਿ ਹੱਸਦੇ ਆਣਾ ਤੇ ਬੱਚਾ ਰਹੁੰਦਾ ਵਾ ਤੇ ਜਦੋਂ ਬੱਚਾ ਉਹ ਬੱਚਾ ਬੁੱਢਾ ਹੋ ਕੇ ਗਾਂ ਆਪਣੀ ਜਵਾਨੀ ਬੁੜਾਪਾ ਮੰਨ ਕੇ ਸਾਰੇ ਰਿਸ਼ਤੇ ਮੰਨ ਕੇ ਹਾਂ ਸਾਰਿਆਂ ਨੇ ਮਿਲ ਵਰਤ ਕੇ ਜਦੋਂ ਮਰਦਾ ਫਿਰ ਲੋਕ ਰਹੁੰਦੇ ਆ ਤੇ ਉਹ ਚੁੱਪ ਪਿਆ ਰਹਿੰਦਾ ਸੇਗਾ ਲੈ ਆਹ ਇਹ ਚੀਜ਼ ਹੈਗੀ ਆ ਆ ਪਾ ਵੀਖਣੀ ਆ ਸਾਡੇ ਤੇ ਵੀ ਆਉਣੀ ਆ ਅਸੀਂ ਵੀਂਡੋਣੀ ਆ ਸਭ ਕੁਝ ਹੋਣਾ ਹਮ ਹੁਣ ਇਹ ਵੀ ਜੇ ਕੋਈ ਮਰਦਾ ਉਹ ਥੋੜੀ ਉੱਠ ਕੇ ਰਹੂਗਾ ਹਮ ਸਾਨੂੰ ਰੋਣਾ ਪੈਣਾ ਇੱਕ ਤੇ ਹੁੰਦਾ ਨਾ ਮਾੜਾ ਦੌਰ ਬੰਦੇ ਦਾ ਮਾੜਾ ਦੌਰ ਹੁਣ ਦੋ ਬੰਦੇ ਉਹਨਾਂ ਨੂੰ ਵੱਖ-ਵੱਖ ਨਜ਼ਰੀਆ ਆ ਸਕਦਾ ਉਹਨਾਂ ਦਾ ਇੱਕ ਉਹਨੂੰ ਥੋੜਾ ਪੋਜ਼ਿਟਿਵਲੀ ਲੈ ਸਕਦਾ ਇੱਕ ਨੈਗੇਟਿਵਲੀ ਲੈ ਸਕਦਾ ਮਾੜਾ ਜਿਹੜਾ ਉੱਠ ਕੇ ਹਿੰਮਤ ਕਰੂਗਾ ਮਿਹਨਤ ਕਰੂਗਾ ਉਹਦੇ ਵਾਕਿਆ ਕੁਝ ਬਣ ਪਾਊਗਾ ਮਾੜਾ ਦੌਰ ਹੁਣ ਤੇ ਜਿਹੜਾ ਕਿਸਮਤ ਨੂੰ ਰੋਂਦਾ ਰਹਿ ਗਿਆ ਸਹੀ ਗੱਲ ਕਈ ਰੀ ਬੰਦਾ ਨਾ ਜਿਹਦਾ ਹੁਣ ਸਪੋਜ਼ ਇੱਕ ਬੰਦਾ ਇੱਥੇ ਖਲੋਤਾ ਇਹਨੇ ਮੈਨ ਤਿੰਨੀ ਕੀਤੀ ਕਿ ਇਹਨੇ ਪਿੱਛੇ ਪੰਜ ਸੱਤ ਆਪਣੇ ਬਾਈ ਜਿਹੜੇ ਜਾਣੇ ਉਹਨਾਂ ਨੂੰ ਵਧੀਆ ਐਕਸਟੈਂਡ ਕਰਤਾ ਹੁਣ ਉਹਦੀ ਉੱਥੇ ਕਿਸਮਤ ਬਰਬਾਦ ਕਿਤੇ ਜਾਊਗੀ ਇਦੋਂ ਨੂੰ ਜਦੋਂ ਉਹਨੇ ਆਪਣੇ ਨਿਆਣਿਆਂ ਨੂੰ ਮਿਹਨਤ ਕਰਨੀ ਨ ਸਿਖਾਈ ਹੋਗੀ ਉਹ ਕਿੱਥੇ ਜੀਂਦੇ ਕਿਸਮਤ ਤੇ ਇਹ ਕਿੱਥੇ ਜੀ ਕੇ ਬੈਠਾ ਮਿਹਨਤ ਦੇ ਉੱਤੇ ਇਹਨੂੰ ਪਤਾ ਉਹ ਕੋਠੀ 'ਚ ਕਿੰਨੀਆਂ ਇੱਟਾਂ ਲੱਗੀਆਂ ਕਿੰਨੀ ਨੀ ਭਰੀ ਆ ਤੇ ਕਿੰਨੇ ਬੀਮ ਪਾਏ ਹੁਣ ਉਹਨਾਂ ਨੂੰ ਸਿਰਫ ਇਹ ਪਤਾ ਵੀ AC ਲਾ ਲਓ ਠੰਢੀ ਹਵਾ ਆਜੂਗੀ ਇਹ 'ਚ ਪੱਖਾ ਲਾ ਲਓ ਚੱਲ ਪਊਗਾ ਇਹ 'ਚ TV ਲਾ ਲਓ ਮੋਬਾਈਲ ਫੜ ਲਓ ਉਹ ਕਰ ਲਓ ਸਭ ਕੁਝ ਉਹਨਾਂ ਨੂੰ ਪਤਾ ਪਰ ਉਹਨਾਂ ਨੂੰ ਨਹੀਂ ਪਤਾ ਵੀ ਕੰਧ 'ਚ ਕਿੰਨੀਆਂ ਇੱਟਾਂ ਲੱਗੀਆਂ ਪਲਾਸਟਰ ਕਿਹੜੇ ਸੀਮੈਂਟ ਦਾ ਆਈ ਵਾਟਰਪਰੂਫ ਹੀ ਤੇ ਦੂਜਾ ਆਈ ਵੀ ਇੱਟ ਥੱਲੇ ਕਿਹੜੀ ਲੱਗੀ ਟਾਈਲਾਂ ਕਿੰਨ ਉਹ ਸਿਰਫ ਉਹਨੂੰ ਪਤਾ ਜਿੰਨੇ ਬਣਾਇਆ ਸਹੀ ਗੱਲ ਹੈ ਨਾ ਉਹਨੂੰ ਪਤਾ ਹੁਣ ਜਿੰਨੇ ਗਿਣੀਆਂ ਉਹ ਨਿੱਟਾਂ ਵੀ ਆ ਬਈ ਤਾਂ ਆ ਗਈਆਂ ਤੇ ਆਪਾਂ ਇੰਨੇ ਖਰਚ ਇੰਨੀਆਂ ਲਗਾਉਣੀਆਂ ਤੇ ਇੰਨੀਆਂ ਸਟਾਉਣੀਆਂ ਹਨਾ ਉਹਨੂੰ ਫਿਰ ਬਰਬਾਦ ਕਰ ਦਿੰਦੇ ਉਹ ਉਹਨੂੰ ਕਹਿੰਦੇ ਵੀ ਰੋਂਦੇ ਰਹਿੰਦੇ ਜਿਹੜੇ ਉਸ ਕਹਿੰਨੂੰ ਫਿਰ ਮਿਹਨਤ ਵਾਲੇ ਨੂੰ ਵੀ ਰੋਣਾ ਤੇ ਜਿਹੜੇ ਆਪਣਾ ਕਿਸਮਤ ਵਾਲੇ ਉਹਨਾਂ ਨੇ ਤੇ ਰੋਣਾ ਰੋਣਾ ਜਿਹੜੇ ਕਿਸਮਤ ਵਾਲੇ ਉਹਨਾਂ ਦਾ ਧਿਆਨ ਮੈਨੂੰ ਲੱਗਦਾ ਬਾਹਲਾ ਚੇਰੇ ਚੁਗਲੀਆਂ ਵਿੱਚ ਰਹਿੰਦਾ ਹੂੰ ਸਹੀ ਹੁਣ ਕਿ ਉਹ ਜੀ ਗੰਮਾ ਤੇ ਵੇਲੇ ਕੰਮ ਵੇਖ ਲੋ ਕਿ ਜਦੋਂ ਹੁਣ ਜਿਹਨੇ ਬੰਦੇ ਨੇ ਮਿਹਨਤ ਹੀ ਨਹੀਂ ਕਰਨੀ ਫਿਰ ਕੀ ਉਹਨੇ ਵੇਖਣਾ ਆਸਾ ਪਾਸਾ ਵੇਖੀ ਜਾਣਾ ਮੱਖੇਂ ਡਾ ਜਾਨੀਆਂ ਚੁਗਲੀਆਂ ਕਰ ਲੈਣੀਆਂ ਫਲਾਣੀਆਂ ਦੀ ਗੱਲ ਉਹਦੇ ਨਾਲ ਕਰ ਚੁਗਲੀ ਵਾਲੇ ਮੈਂ ਗੱਲ ਤੇ ਹੈ ਕਿ ਇੱਕ ਨਾ ਉਹ ਹੀ ਜਿੰਮ ਵਾਲੀ ਗੱਲ ਦੱਸਦਾ ਤੁਹਾਨੂੰ ਜੇ ਮਜ ਮੁੰਡੇ ਜੇ ਮਿਲਣ ਹੁੰਦੇ ਤੇ ਇੱਕ ਮੁੰਡਾ ਦਾਦਾ ਕਹਿੰਦਾ ਯਾ ਜਿਮ ਚ ਨਾ ਮੁੰਡੇ ਮੰਡੇ ਹੁੰਦੇ ਕਈ ਤੇ ਬੰਕੀ ਆਪਣੀ ਐਕਸਰਸਾਈਜ਼ ਲਾ ਕੇ ਚੱਲ ਜਾਂਦੇ ਹੁਣ ਕਿ ਇਹਨੂੰ ਮਸਾਂ ਦੇ ਜਮਾਲੇ ਬੰਦਿਆਂ ਨੂੰ ਮਾੜਾ ਥੋੜੀ ਕਹਿਣਾ ਵੀ ਸਾਰੇ ਮਾੜੇ ਆ ਪਰ ਉਹ ਕਹਿੰਦਾ ਵੀ ਆਡੇ ਇੱਥੇ 2-4 ਹੁੰਦੇ ਆ ਉਹ ਬਸ ਕੁਝ ਨਹੀਂ ਕਰਦੇ ਉਹਨੇ ਮਾੜੀ ਮੋਟੀ ਐਕਸਰਸਾਈਜ਼ ਕਰਨੀ ਵਾਰਮ-ਅਪ ਕਰਨਾ ਤੇ ਗੱਲਾਂ ਹੀ ਕਰੀ ਜਾਣੀਆਂ ਉਹ ਯਾਰ ਐਂਤਰਾ ਲੌਂਦਾ ਵਾ ਆਇਆ ਮੋਬਾਈਲ ਵੇਖੀ ਜਾਣਾ ਐਤਰਾ ਲੌਂਦਾ ਪਰ ਲੌਂਣੀ ਆਪ ਨੂੰ ਚੋਲੀਆਂ ਲੈ ਜਣੀਆਂ ਵੀ ਇੱਕ ਦੂਜੇ ਦੀਆਂ ਵੀ ਯਾਰ ਉਹ ਮਾੜਾ ਕਰਦਾ ਇੱਥੇ ਜਿਹੜਾ ਅਗਲੋਤਾ ਥੋੜੀ ਗੱਤਾ ਵੇ ਪਰ ਉਹ ਸਾਹਮਣੇ ਨਹੀਂ ਗਾਉਂਦੇ ਆਹ ਵੇਲਾ ਨਟ ਚੇਤਾ ਹੁੰਦਾ ਹੁੰਦੇ ਓ ਕੱਲ ਕਿਤਰਾ ਨੌਂਦੇ ਆਇਤਰਾ ਗੱਲ ਹੁਣ ਗੁਡੀਆਂ ਚ ਨਹੀਂ ਕੱਲੀ ਬੁਡੀਆਂ ਚ ਨਹੀਂ ਹੁੰਦੀ ਯਾਰ ਤੇ ਹੈ ਨਾ ਬੰਦੇਾਂ ਚ ਵੀ ਆਉਂਦੀ ਜਾਂਦੀ ਇਹ ਫੀਚਰ ਆ ਗਏ ਹੁਣ ਨਵੇਂ ਫੀਚਰ ਐਤਰਾ ਨਾ ਨਵੇਂ ਨਹੀਂ ਪਹਿਲਾਂ ਦੇ ਵੀ ਹੋਣਗੇ ਹਾਂ ਆਪਾਂ ਹੀ ਨਵੇਂ ਆ ਤੇ ਉਹ ਉਤਨਾ ਹੀ ਬੰਦੇ ਜੀ ਫੀਚਰ ਆ ਗਏ ਹੁਣ ਜਨਾਨੀਆਂ ਤਾਂ ਟ੍ਰਾਂਸਫਰ ਹੋ ਗਏ ਬੰਦਿਆਂ 'ਚ ਹੁਣ ਕੁੜੀਆਂ ਜਾਂਦਾ ਮੁੰਡੇ ਨਾਲ ਮੁੰਡਾ ਲੋਂਦਾ ਵੀ ਆ ਤੇ ਮੁੰਡੇ ਬੈ ਕੇ ਚੁਗੀਆਂ ਲੋਂਦਾ ਵੀ ਕੋਈ ਹਿਸਾਬ ਹੁੰਦਾ ਨਹੀਂ ਜਾਂਦਾ ਕੋਈ ਸਹੀ ਕੋ ਹੁਣ ਆ ਨੂੰ ਆ ਨੂੰ ਕੀ ਕਹਿਵੇਂ ਗੱਲਾਂ ਕਰਨ ਦੇ ਬੈ ਕੇ ਤੇ ਵੀ ਵਹਿਲੇ ਪਾਣੀਆਂ ਵਹਿਲੇ ਨਹੀਂ ਠੀਕ ਆ ਅੱਜ ਵਹਿਲੇ ਆ ਗੱਲਾਂ ਕਰਨ ਦੇ ਆ ਪਰ ਹੁਣ ਇਹ ਗੱਲਾਂ ਤੇ ਗੱਲਾਂ ਕਿਹੜੀਆਂ ਕਰਨੇ ਤੁਸੀਂ ਇਹ ਸੋਚੋ ਵੀ ਆਪਾਂ ਇਹ ਦੁਨੀਆਂ ਨੂੰ ਦੇਖਣ ਦੇ ਆ ਮੈਂ ਤਾਂ ਗਿਰਗੀਰੀ ਕਹਿਣਾ ਨਾ ਵੀ ਤੂੰ ਆਨ ਨੂੰ ਮਾੜਾ ਕਹਿਣਾ ਇਹ ਤੋਂ ਕਹਿਣਾ ਵੀ ਅਸੀਂ ਅਸੀਂ ਪਹਿਲਾਂ ਹੀ ਮਾੜੇ ਕਹਿ ਦਿੰਨੇ ਆਪਣੇ ਆਪ ਨੂੰ ਜੇ ਅਸੀਂ ਮਾੜੇ ਆ ਪਰ ਤੁਹਾਡੀਆਂ ਗੱਲਾਂ ਸੁਣੋ ਕਿ ਤੁਹਾਡਾ ਮਤਲਬ ਨਿਕਲਦਾ ਤੇ ਗੱਲਾਂ ਸੁਣੋ ਵੀ ਤੁਹਾਡਾ ਗੱਲਾਂ ਚ ਕੋਈ ਮਤਲਬ ਨਿਕਲਦਾ ਇੱਕ ਦੁਨੀਆਦਾਰੀ ਤੁਸੀਂ ਇਸ ਤਰ੍ਹਾਂ ਹੀ ਦੇਖਦੇ ਅਸੀਂ ਜਿ ਤਰ੍ਹਾਂ ਹੀ ਦੇਖਦੇ ਹਾਂ ਹੁਣ ਗੱਲ ਬਾਈ ਤੁਹਾਨੂੰ ਗੱਲ ਦੱਸਣਿਆ ਵੀ ਕੱਲ ਮੈਂ ਇਸ ਬਰਾਤੀ ਉੱਥੋਂ ਚੰਡੀਗੜ੍ਹ ਟ੍ਰੇਨ ਤੋਂ ਚੜਿਆ ਤੇ ਮਾ ਆਪਣਾ ਮੈਨੂੰ ਕੋਲ ਕਲਕੱਤਾ ਤੋਂ ਥੋੜੀਆਂ ਸਵਾਰੀਆਂ ਮਿਲ ਗਈਆਂ ਵੀ ਚਾਰ ਜਣੇ ਬੈਠੇ ਰਹੇ ਬਣੀ ਸੀ ਜੀ ਪੂਰੀ ਸਾਡੇ ਕੋਲ ਜਨਰਲ ਦੀ ਟਿਕਟ ਹੀ ਤਾਈਂ ਸਲੀਪਰ ਚ ਬੈ ਗਏ ਕਹਿੰਦਾ ਵੀ ਰਿਸਕ ਨਹੀਂ ਕੋਈ ਮੈਂ ਰਿਸਕ ਤੇ ਚੁੱਕਣੇ ਬਣਾ ਮੈਂ ਤੁਹਾਡੇ ਕੋ ਨਿਆਣੇ ਤੁਹਾਡੇ ਤੋਂ ਕੋਈ ਚੱਕਰ ਨਹੀਂ ਕਹਿਦੇ ਸਾਡੇ ਨਿਆਣੇ ਬੈ ਗਏ ਸਵੇਰੇ ਮੁੰਡੇ ਦੋ ਜਲੰਦਰ ਉਤਰ ਨਹੀਂ ਇੱਕ ਸੈਟੀ ਉਤਰ ਨਹੀਂ ਉਹ ਗਏ ਅੱਗੇ ਅੰਬਰਸਰ ਅੰਬਰਸਰ ਆਏ ਮੈਨੂੰ ਕਹਿੰਦੇ ਵੀ ਤੂੰ ਆਡੀ ਹੈਲਪ ਕਰ ਦੇਗਾ ਮੈਨੂੰ ਥੋੜਾ ਕੰਮ ਸੀਗਾ ਤੇ ਮੈਂ ਅੱਗੇ ਵੀ ਤੁਹਾਨੂੰ ਪਤਾ ਵੀ ਮੈਂ ਬਹੁਤ ਘਟ ਆਉਣਾ ਪਿੰਡ ਮੈਂ ਕੋਈ ਨਹੀਂ ਜਾਂਦਾ ਕੰਮ ਕਰਨ ਚ ਤੇ ਜਦੋਂ ਉਹ ਮੈਨੂੰ ਯਾਰ ਘਰੇ ਚੱ ਸਮਕਰ ਆ ਗਿਆ ਤੇ ਮੈਂ ਚੱਲਿਆ ਯਾਰ ਗੋਤਵਾਲ ਜਾਣਾ ਤੇ ਮੈਂ ਬੜਾ ਸੇਲੇ ਪਹਿਲੀ ਵਾਰਸ ਮੜ ਕੇ ਤੇ ਘਰੇ ਚੱਲ ਜੂੰਗਾ ਹੂੰ ਹੂੰ ਫਿਰ ਕੀ ਆ ਭਾਈ ਮਨ ਕਹਿੰਦੇ ਵੀ ਇਹਨੂੰ ਨਾ ਇਥੋਂ ਦੀ ਗਾਈਡ ਕਰ ਦੇ ਮੈਂ ਬੜਾ ਕੋ ਸੋਚਿਆ ਮਨ ਚ ਮੈਂ ਸੋਚੋ ਸਾਡੇ ਪੰਜਾਬੀ ਵੀ ਟਰੈਵਲ ਕਰਦੇ ਆ ਆਪਣੀ ਇੰਡੀਆ ਨਾਲ ਉਧਰ ਟਰੈਵਲ ਕਰਦੇ ਆ ਸਾਡੇ ਭਾਈ ਭਈ ਬੜੇ ਭਾਈਚਾਰ ਰਹਿੰਦੇ ਆ ਪੂਰੀ ਪੰਜਾਬ 'ਚ ਆਪਣੀ ਇੰਡੀਆ 'ਚ ਵੱਖ-ਵੱਖ ਵਕਤ ਛਟੀਆਂ 'ਚ ਘੁੰਮਦੇ ਰਹਿੰਦੇ ਆ ਕੰਟਰੀਆਂ ਸਟੇਟਾਂ 'ਚ ਘੁੰਮਦੇ ਰਹਿੰਦੇ ਆ ਕੋਈ ਘੁੰਮਣ ਤੇ ਪਲਾਉ ਉਹਨਾਂ ਦੇ ਜਿਵੇਂ ਨਾ ਕਰਤੀ ਨਾ ਕਿੰਨਾ ਨੈਗੇਟਿਵ ਇੰਪੈਕਟ ਪਾਊਗਾ ਇੱਕ ਪੰਜਾਬੀ ਦਾ ਤੇ ਕਹਣਾ ਮੈਂ ਹੁਣ ਕਿਸੇ ਸਪੈਸਿਫਿਕ ਟੈਗ ਪਰ ਮਨ ਗਣ ਲੱਗਾ ਇਥੇ ਮੈਂ ਕਿ ਪੰਜਾਬੀ ਇੱਕ ਮੁੰਡੇ ਨੂੰ ਇਸ ਸਟੇਟ ਦੇ ਮੁੰਡੇ ਨੂੰ ਕਿੰਨਾ ਇੰਪੈਕਟ ਮਾਰਾ ਪਾਊਗਾ ਵੀ ਯਾਰ ਉਹ ਸਿੱਧਾ ਤਲਾਬ ਦੇ ਗਿਆ ਸਨ ਮੈਂ ਸੋਚਿਆ ਵੀ ਜਿਹੜੇ ਸਾਡੇ ਭਾਈ ਜਾਰੇ ਘੁੰਮਣ ਜਾਂਦੇ ਉਧਰ ਵੀ ਉਹ ਕੱਲ ਨੂੰ ਉਹਨਾਂ ਨੂੰ ਵੇਖੂਗਾ ਵੀ ਨਹੀਂ ਯਾਰ ਇਹ ਬੰਦੇ ਬੜੇ ਭੜੇ ਇਹਨਾਂ ਨੂੰ ਨਾ ਬੁਲਾਈ ਜਾਂ ਇਹਨਾਂ ਨੂੰ ਕੋਈ ਵਿੱਚ ਪੈ ਇਹਨਾਂ ਦੇ ਦਿੰਦੀਆਂ ਕੋਈ ਚੀਜ਼ ਨਾ ਦੇਦੀਆਂ ਕੋਈ ਰਾਹਣ ਦੇਵੀ ਹੂੰ ਉਹਨਾਂ ਬਸ ਮੇਰੇ ਆ ਤੇ ਮੈਂ ਬੜਾ ਵਧੀਆ ਉਹਨਾਂ ਨੂੰ ਗਾਈਡ ਗੁਆਡ ਕੀਤਾ ਚਾਹ ਚੂ ਪੀ ਕੇ ਉਸ ਤੋਂ ਬਾਅਦ ਤੁਰੇ ਗੱਲਾਂ ਬਾਤਾਂ ਕਰਦੇ ਸਾਰੀ ਰਾਤ ਤੇ ਸਾਰੇ ਉਤਰੇ ਤੇ ਮੈਂ ਬੱਸੇ ਬੁਸੇ ਵਟਾ ਕੇ ਮੈਂ ਅਮਨ ਤੁਹਾਡੇ ਪੈ ਘਟ ਕਰ ਚਾਹੂੰਗਾ ਤੇ ਬੱਸੇ ਬਹੁਤ ਟੈਂਪੂ ਤੇ ਨਹੀਂ ਬਹਿਣਾ ਆਪਾਂ ਬਸ ਤੇ 55-55 ਦੀ ਟਿਕਟ ਲੱਗੀ 30 ਰੁਪਏ ਟਿਕਟ ਟਾਈ ਇਹਨਾਂ ਦੀ ਤੇ ਨਾਲ ਉਹ ਬਸ ਤੇ ਪਟਾ ਬਸ ਸਟੈਂਡ ਪਹਚਾਇਆ ਬਸ ਸਟੈਂਡ ਤੋਂ ਬਾਈ ਆਟੋ ਕਰਕੇ ਤੇ ਮੈਂ ਕਹਿੰਦਾ ਵੀ ਮੇਰ ਨਾਲ ਚੱਲ ਜਿਓ ਮੈਨੂੰ ਹੋਟਲ ਵੀ ਕਰਾਈ ਦਿਓ ਹੋਟਲ ਦੇ ਬਾਈ ਨਹੀਂ ਦਿੱਕਤ ਆਈ ਆਪਣੇ ਮੈਂ ਕਿ ਜਿਹੜਾ ਇੱਥੇ ਦਰਵਾਜਾ ਲਾ ਕੇ ਬਹੁਤ ਬੰਦੇ ਭੜੇ ਬਹੁਤ ਮੈਂ ਤਾਂ ਯਾਰ ਕੀ ਦੇ ਦੋ ਅਗਲੇ ਨੇ ਸਿਰਫ ਵਾਸ਼ਿਕ ਹੋਣਾ ਹੀ ਆਪਣੀ ਫੈਮਿਲੀ ਨੂੰ ਮੱਕੀ ਨੂੰ ਹੋਣਾ ਤੋਂ ਨਹੀਂ ਤੇ ਆਪੇ ਕੱਪੜੇ ਬਦਲ ਕੇ ਬਾਜ਼ਾਰ ਨੂੰ ਘੁੰਮਣ ਕੰਨ ਜਾਣਾ ਹੀ ਸਾਰਾ ਗਾਈਡ ਕਰਦਿਆਂ ਰੱਖਸ਼ਾ ਦੇਤਾ ਬਣਾ ਕੇ ਮੈਂ ਇੱਥੇ ਤੋਂ ਘੁੰਮਣ ਜਾਇਂ ਬਾਜ ਜਗ੍ਹਾ ਤੇ ਜਾਣਾ ਬਾਈ ਕਹਿੰਦਾ ਕਿ ਤਰ੍ਹਾਂ ਜਾਊਂਗਾ ਮੈਂ ਕਿੱਥੇ ਹੁੰਦਾ ਨਾ ਤੈਨੂੰ ਮੈਂ ਤੁਹਾਨੂੰ ਵਧੀਆ ਤਰੀਕਿਆਂ ਨਾਲ ਘੁਮਾਉਣਾ ਹੀ ਮੇਰੇ ਕੋ ਕੈਮਰਾ ਸ਼ੈਮਰਾ ਪੈ ਤੁਹਾਡੀਆਂ ਵਧੀਆ ਫੋਟੋਆਂ ਖਿੱਚ ਕੇ ਤੁਹਾਨੂੰ ਵਧੀਆ ਤਰੀਕਿਆਂ ਨਾਲ ਜ਼ਮਾਨਾ ਕਰਨਾ ਇੱਥੇ ਮੈਂ ਤੁਹਾਨੂੰ ਪਤਾ ਲੱਗਦਾ ਵੀ ਆ ਤੁਹਾਨੂੰ ਕੋਈ ਬੰਦਾ ਮਿਲਿਆ ਹੀ ਤੇ ਮੇਰੇ ਅੱਗੇ ਹੋਰ ਵੀ ਤੁਹਾਨੂੰ ਕਿਤੇ ਮਿਲ ਦੇਣਗੇ ਮਿਲ ਜਾਣਗੇ ਤ ਕਿਤਨਾ ਮੈਂ ਮੇਰਾ ਕੁਲੀਆ ਜਿਹੜਾ ਵੇਖਦਾ ਵੀ ਕਹਿੰਦਾ ਵੀ ਯਾਰਾ ਦਾੜੀ ਰੱਖੀ ਐ ਰੱਖੀ ਐ ਬਹੁਤ ਤਰੀਕੇ ਤੋਂ ਆਇਆ ਉਹਨੇ ਕਹਿੰਦਾ ਨਹੀਂ ਕੋਣ ਹੋ ਪੜੇ ਕਈ ਇਹਨੂੰ ਕਹਿੰਦੇ ਜਾਵੇ ਤੂੰ ਕੇ ਜੀ ਵਰਗਾ ਮੈਂ ਨਹੀਂ ਭਾਈ ਤੂੰ ਮਾਨੂੰ ਠੀਕ ਐ ਮੈਂ ਮੇਰੇ ਵਰਗਾ ਬਣ ਜਾ ਮੇਰੇ ਵਰਗਾ ਠੀਕ ਐ ਤੋ ਉਹ ਬੰਦੇ ਬਾਕੀ ਬੜੀ ਦੇ ਪੋਜ਼ਿਟਿਵ ਉਹਨਾਂ ਨੇ ਵਾਈਬ ਦਿੱਤੀ ਮੈਨੂੰ ਵੀ ਤੇ ਮੈਂ ਵੀ ਯਾਰ ਪੋਤਾ ਦੇਣੀ ਜਰੂਰੀ ਥੋੜੀ ਹੁੰਦਾ ਵੀ ਹੁਣ ਮੈਂ ਵੀ ਸਾਹਮਣੇ ਯਾਰ ਇੱਕਦਮ ਇਹ ਗੱਲ ਦੱਸਦਾ ਭਾਈ ਮੈਂ ਕਿਤੇ ਇੱਕ ਬੰਦੇ ਕੋਲ ਲਿਫਟ ਲਈ ਸੀਗੀ ਉਹ ਬੰਦਾ ਸ਼ਰਾਬੀ ਸੀਗਾ ਪੂਰੀ ਸ਼ਰਾਬ ਟਨ ਪਿਆ ਸੀ ਉਹ ਤੇ ਬਹੁਤ ਵਧੀਆ ਮੈਂ ਕੀ ਸਰਵਿਸ ਮੈਨਮ ਲੰਗੇ ਮੇਰੇ ਲਾਗੂ ਵਧੀਆ ਮੈਂ ਪੈਂਟ ਪਸਤਰ ਪਕਵਾਏ ਮੈਂ ਕਿਹਾ ਬਾਈ ਤੋ ਇੱਥੋਂ ਤੋਂ ਲੈ ਕੇ ਮੈਨੂੰ ਉੱਥੋਂ ਤੱਕ ਲੈ ਜਾਓ ਆ ਗਲੀ ਚ ਪਾਣੀ ਭਰਿਆ ਮੜਾ ਜਾ ਮੈਂ ਉੱਥੇ ਤੱਕ ਉਤਰ ਜਾਊਂਗਾ ਵਾ ਬੂਡ ਪੜ ਪਾਏ ਚੰਗੇ ਜਿਹੇ ਪਾਏ ਮੇਰੇ ਭਿੱਜ ਜਾਣਗੇ ਮੈਂ ਕੰਮ ਕਰਨਾ ਥੋੜਾ ਜਾ ਕੇ ਹਮ ਨਹੀਂ ਬਾਈ ਉਹ ਲੈ ਕੇ ਨਹੀਂ ਗਏ ਫਿਰ ਕੀ ਆ ਪਿਛੋ ਆ ਬਾਈ ਉਹਨੇ ਬਾਈ ਨੇ ਬੜਾ ਆਦਿਆ ਮੈਨੂੰ ਕਹਿੰਦਾ ਕਿਆ ਆ ਨਾ ਬਾਈ ਜੀ ਦਾੜੀ ਅੱਛੀ ਲੱਗ ਰਹੀ ਆ ਵਾ ਕਿਆ ਬਾਤ ਆ ਯਾਰ ਪੰਜਾਬ ਸੇ ਮੈਂ ਆਂ ਬਾਈ ਮੈਂ ਪੰਜਾਬ ਸੇ ਹਮ ਆ ਬਾਟੋ ਬਾਈ ਕਾਹ ਜਾਣਾ ਮੈਨੂੰ ਪੁੱਛਿਆ ਨਹੀਂ ਮੈਂ ਕਿ ਮੈਂ ਪੁੱਛਣਾ ਇਹਨੂੰ ਮੈਨੂੰ ਪੁੱਛਿਆ ਨਹੀਂ ਕਿਥੇ ਜਾਣਾ ਬਿਠਾਇਆ ਮੈਨੂੰ ਮਗਰ ਤੇ ਮੈਂ ਭਾਈ ਉੱਥੇ ਤੱਕ ਜਾਣਾ ਅਲੇ ਮੈਂ ਤਾਂ ਵਹੀ ਜਾ ਰਿਹਾ ਫਿਰ ਬੈਠਿਆ ਇਧੇ ਬਾਗਲ ਨਾਲ 15 ਮਿੰਟ ਗੱਲਾਂ ਕਰਦੇ ਨੇ ਫਿਰ ਬੱਤੀ ਪੁੱਤੀ ਆ ਗਈ ਸਾਨੂੰ ਤੇ ਚਲ ਗਿਆ ਨਹੀਂ ਤਰ੍ਹਾਂ ਸਸ ਮੈਂ ਇਤਨਾ ਤੇ ਲੋਕ ਵੀ ਆ ਗਏ ਭਾਈ ਆਪਾਂ ਕਿ ਜਿਹੜਾ ਨੱਚਾ ਕਰਦਾ ਨਹੀਂ ਮਾਣਾ ਕਹਿ ਸਕਦੇ ਬੰਦਾ ਕਿਹੋ ਜਿਹਾ ਆਪਾਂ ਇਹ ਵੇਖੋ ਨਾ ਤੀ ਪੰਜਰਾਪੀ ਤੇ ਜਰੂਰ ਕਹਿਣੇ ਚਾਰ ਬੰਦੇ ਨੇ ਸ਼ਰਾਬੀ ਆ ਵੀ ਇਹ ਡਰੱਗਸ ਕੀਤੀ ਹੈ ਤੇ ਨੇ ਡਰੱਗਸ ਕੀਤੀ ਹੈ ਸੋਚੋ ਕਿਉਂ ਕੀਤੀ ਹੈ ਬਈ ਵੀ ਪੁੱਛਣੀ ਚਾਹੀਦੀ ਨਾ ਤਾਂ ਜ਼ਰੂਰੀ ਨਹੀਂ ਸਾਰੇ ਡਿਪਰੈਸ਼ਨ ਚ ਬੰ ਡਾਕਸ ਕੇਰਾ ਸੋਖਣਾ ਨਾ ਨਚਾਵਾ ਹੁਣ ਇਹ ਨਹੀਂ ਵੀ ਕਰਨਾ ਚਾਹੀਦਾ ਮੈਂ ਮੈਸੇਦ ਨਹੀਂ ਦੇਣਾ ਪਰ ਗਾੜ ਨਹੀਂ ਕਹਿੰਦੇ ਕਿ ਪੀ ਕੇ ਬੈਠ ਚਲਾਵ ਜਾਇਆ ਚਲਾਓ ਐਸਾ ਚੰਗੇ ਬਾੜੇ ਬੜੀ ਸਲਗਾਂ ਲਹੁੰਦੀ ਆ ਵੀ ਆ ਚੀਜ਼ ਵੀ ਵੇਲ ਹੁੰਦੀ ਆ ਫਿਰ ਲਾਰੇ ਆਪਣੇ ਚ ਲਾਰੇ ਬੜੇ ਵੀ ਆਪਾਂ ਜੇ ਆ ਨਚ ਵਾਲੀ ਗੱਲ ਤੋਂ ਛੱਡੋ ਤੁਸੀਂ ਉਤਰਾ ਲਾਰਿਆਂ ਦੀ ਗੱਲ ਕਰਦਾ ਜਦੋਂ ਲਾਰੇ ਲੰਬੇ ਬੜੇ ਲੈ ਜਾਂਦੇ ਸਪੋਜ਼ ਉਹਨੇ ਕਹਿਣਾ ਵੀ ਯਾਰ ਹੁਣ ਕਈ ਬੰਦੇ ਬਹੁਤ ਟਾਈਮ ਦੇ ਪੱਕੇ ਹੁੰਦੇ ਵੀ ਹਾਂ ਕਈ ਬਹੁਤ ਉਚ ਨੀਚ ਵੀ ਹੋ ਜਾਂਦੀ ਹੈ ਵੀ ਚਲੋ ਯਾਰ ਕੋਈ ਚੱਕਰ ਨਹੀਂ ਹੈ ਨਾ ਵੀ ਆ ਚੀਜ਼ ਹੋ ਗਿਆ ਵੀ ਕੋਈ ਚੱਕਰ ਨਹੀਂ ਤੇ ਕਈਆਂ ਲਾਰੇ ਲਾਈ ਰੱਖਣੇ ਵੀ ਅੱਜ ਕਰ ਲਾਂਗੇ ਕੱਲ ਕਰਨਾ ਗਿਆ ਹਾਂ ਆ ਕਰ ਲਾਂਗੇ ਉਹ ਕਰ ਲਾਂਗੇ ਲਾੜੇ ਲਾਇ ਜੰਨਨ ਹੁਣ ਜਦੋਂ ਮੈਂ ਆਪਾਂ ਪੋਡਕਾਸਟ ਕੀਤਾ ਆਪਾਂ ਕਹੀ ਜੇ ਇਹਨੇ ਕੱਲ ਕਰਾਂਗੇ ਭਾਈ ਕੱਲ 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 ਕਰਦੀ ਨਹੀਂ ਹੋਗਾ ਅੱਜ ਆੜੇ ਮੈਂ ਰੱਖਣੇ ਚਲ ਦੋ ਤਿੰਨ ਕਰ ਲੈਂਦੇ ਮੇਰੀ ਦੋ ਗੱਲਾਂ ਬਾਤਾਂ ਬਾਦੂ ਬਈ ਆਪਣੇ ਕੋਲ ਬਾਦੂ ਟੌਪਿਕ ਪਏ ਜਾ ਚਲੋ ਜਿਹੜੇ ਜਿੱਥੋਂ ਤੱਕ ਦਿਮਾਗ 'ਚ ਮੈਂ ਦੇਖਦਾ ਨਹੀਂ ਨਾ ਦੁਨੀਆ ਵੀ ਮੈਂ ਆਪਣੇ ਹੁਣ ਉਹਨਾਂ ਰਹੀ ਨਾ ਤੇ ਉਹ ਗੱਲਾਂ ਬਾਤਾਂ ਕਲੀਅਰ ਕਰ ਦਈਏ ਤੇ ਸਿਸਟਮ ਆਪਣਾ ਕਲੀਅਰ ਹੋ ਜਾਊਗਾ ਤੇ ਆਪਾਂ ਨੂੰ ਅੰਗਰੇਜ਼ਾਂ ਨੂੰ ਖਿੱਚ ਲੈਣੇ ਥੋੜਾ ਜਿਹਾ ਕਿ ਆਪਾਂ ਜਿਹਨਾਂ ਨੂੰ ਫੋਲੋ ਕਰਦੇ ਆ ਅੰਗਰੇਜ਼ਾਂ ਨੂੰ ਆਪਾ ਫੋਲੋ ਕਰਦੇ ਅੰਗਰੇਜ਼ ਇੱਥੇ ਆ ਕੇ ਕਿੰਨਾ ਵਧੀਆ ਆਪਣੇ ਸਾਰੇ ਧਰਮਾਂ ਨਾ ਮਗੀ ਮਕੇਰੀ ਉਹ ਵੇਦਨ ਭਗਵਤ ਭਗਵਤ ਗੀਤਾ ਦਿੰਦੇ ਦਿੰਦੇ ਬੁੱਕ ਸਾਰਿਆਂ ਨੂੰ 17 ਸੈਕਟਰ ਚ ਹੁਣ ਮੈਂ ਤਾਂ ਚਲੋ ਨਹੀਂਦਾ ਨਹੀਂ ਮੈਂ ਕਿਉਂਕਿ ਮੈਂ ਆਪਣੇ ਕੰਮ ਲਈ ਥੋੜੀ ਜੀ ਸਪਾਈਸ ਵੀ ਵਧੀਆ ਹੋਊਗੀ ਤੇ ਫਿਰ ਆਪਾਂ ਚੀਜ਼ ਲੈ ਕੇ ਆਉਂਦੇ ਚੰਗੇ ਲੱਗਦੇ ਹੂੰ ਵੈਸੇ ਉੱਚ ਤੇ ਨਹੀਂ ਦਿੱਤਾ ਗਿਆ ਇਹ ਵੀ ਤੁਸੀਂ ਸਿਰਫ ਮਨ ਸੱਚੇ ਨਾਲ ਪੜੋ ਬਾਕੀ ਕੋਈ ਵੀ ਨਹੀਂ ਤੁਸੀਂ ਕਿੱਥੇ ਬੈਠੇ ਗੰਦੇ ਨਾਲੇ ਦੇ ਬੈਠੇ ਜੋ ਕੋਈ ਚੱਕਰ ਨਹੀਂ ਹਨਾ ਉਹ ਚੀਜ਼ ਕੋਈ ਗੱਲ ਨਹੀਂ ਹੁਣ ਉੱਚ ਉਹ ਕਿੰਨੇ ਲੋਕ ਆਪਣੇ ਇਧਰ ਆ ਕੇ ਲਾ ਕਰਦੇ ਹੁਣ ਆਪਾਂ ਵੀ ਜਾ ਕੇ ਥਮ ਚੇਂਜ ਕਰ ਲੈਨੇ ਕਿ ਇੱਥੇ ਉਧਰ ਜਾ ਕੇ ਕੋਈ ਮਾੜੀ ਗਲਤ ਨਹੀਂ ਐ ਐਡੀ ਗੱਲ ਨਹੀਂ ਹੁਣ ਆਪ ਸਾਡੇ ਜਦੋਂ ਹੁੰਦਾ ਕੋਈ ਆਪਾਂ ਬਹੁਤ ਵਧੀਆ ਅਪਰੀਸ਼ੀਏਟ ਕਰਦੇ ਪਰ ਜੇ ਤਾਂ ਸਾਡੇ ਜੋ ਕੋਈ ਜਾਂਦਾ ਫਿਰ ਮਾੜੀ ਨਾਲ ਮਾੜਾ ਨਾ ਕਹੋ ਸਹੀ ਚੀਜ਼ਾ ਹੁਣ ਜਦੋਂ ਆਪਣੇ ਚ ਕੋਈ ਹੁੰਦਾ ਵਾ ਕਿ ਲਾ ਲਓ ਤੁਸੀਂ ਥਰਮ ਖਿੱਚ ਲਓ ਇੱਥੇ ਵੀ ਹੁੰਦਾ ਵਾ ਪਰ ਆਪ ਅੰਗਰੇਜ਼ਾਂ ਦੀ ਗੱਲ ਕਰਦੇ ਆਂਗਰੇਜ਼ਾਂ ਦਾ ਮਾਈਂਡ ਕੀ ਕਿੱਥੋਂ ਤੱਕ ਤੋਰ ਚੱਲਦੀ ਮੇਰੇ ਹਿਸਾਬ ਨਾਲ ਤਾਂ ਯਾਰ ਮੈਂ ਇੰਨਾ ਵਿਚਰਿਆ ਤਾਂ ਨਹੀਂ ਨਾ ਮੈਨੂੰ ਨੀਵਾਂ ਦੀ ਭਾਸ਼ਾ ਆਪਕ ਕਲੈਰੀ ਪੂਰੀ ਤੇ ਪਰ ਜਿਹਦਾ ਤਾਂ ਕੋਈ ਨਾ ਥਿੰਕਿੰਗ ਆ ਬੰਦੇ ਬਹੁਤ ਹੀ ਰਿਲੈਕਸ ਆ ਸੱਤ ਪਹਾੜੀਆਂ ਵੀ ਚੜ੍ਹੋ ਨਾ ਬੰਦੇ ਉਹ ਅੰਗਰੇਜ਼ ਤੇ ਆ ਕੇ ਉਹ ਗੱਲ ਕਰਨਗੇ ਯਾਰ ਸਮ ਰਿਲੈਕਸ ਸਿਰਫ ਵਨ ਇੱਕ ਟੀ ਦੇ ਦੋ ਥੋੜਾ ਜਿਹਾ ਇੱਕ ਸੈਂਡਵਿਚ ਦੇ ਦੋ ਜਾਂ ਨਾਰਮਲ ਕੋਈ ਸੈਂਡਵਿਚ ਜਾਂ ਸੈਲਡ ਦੇ ਦੋ ਉਹਨਾਂ ਨੇ ਪਰਫੈਕਟ ਹੋਣਾ ਉਸ ਵੇਲੇ ਜਾਂ ਇੱਕ ਤੋਂ ਪੈਗ ਮਾਰਨਗੇ ਵੱਧ ਤੋਂ ਵੱਧ ਬਾਕੀ ਨਹੀਂ ਠੀਕ ਹਨ ਮੈਂ ਲੋ ਉੱਥੇ ਮਾਈਂਡ ਸੈਟ ਤੇ ਆਣੇ ਜਿਹਦਾ ਮਾਈਂਡ ਸੈਟ ਉਹ ਸੱਤ ਪਹਾੜੀਆਂ ਚੜ੍ਹ ਗਿਆ ਤੇਰਾ ਵੀਰ ਕੱਢ ਬੋਦਲ ਪੈੰਜ ਜਿਹਦਾ ਹਾਂ ਜਿਹਦਾ ਮਾਈਂਡ ਸੈਟ ਕਰਾਵਾ ਡਾ ਜਿਹਦਾ ਮਾਈਂਡ ਸੈਟ ਵੱਡਾ ਉਹ ਦੂਜੇ ਦੀ ਹੈਲਪ ਵੀ ਕਰਦਾ ਤੇ ਆਪਣੀ ਜ਼ਿੰਦਗੀ ਵੀ ਵਧੀਆ ਜੀਉਂਦਾ ਜਿਵੇਂ ਤੁਸੀਂ ਕਿਹਾ ਕਿ ਉਹ ਬੰਦਾ ਸ਼ਰਾਬੀ ਹੀ ਭਾਵੇਂ ਪਰ ਉਹਦਾ ਮਾਈਂਡ ਸੈਟ ਵੱਡਾ ਹੈ ਤੇ ਜਿਹਦਾ ਮਾਈਂਡ ਸੈਟ ਹੀ ਓਡਾ ਗਵਾ ਜਿੰਨੇ ਰੋਣੇ ਰੋਈ ਜਾਣੇ ਹਨ ਕਿ ਯਾਰ ਮੇਰਾ ਕੁਝ ਬੰਦਦਾ ਨਹੀਂ ਬੰਦਦਾ ਨਹੀਂ ਉਹਨੇ ਹੁਣ ਜਿਵੇਂ ਮੰਨ ਲਓ ਆਪਾਂ ਦੋਵੇਂ ਜਣੇ ਬੈਠੇ ਆਪਾਂ ਤੇ ਹੁਣ ਆਪਾਂ ਦੋਵੇਂ ਆਪਸ ਵਿੱਚ ਮਿਲੇ ਆ ਹੁਣ ਆ ਮੇਰੇ ਚੋ ਜਾਂ ਤੁਹਾਡੇ ਚੋ ਜੇ ਤੇ ਆਪਣਾ ਕੋਈ ਆਪਾਂ ਨੂੰ ਪਤਾ ਹੋਊਗਾ ਕਿ ਆਪਾਂ ਆ ਆ ਜਾ ਕੇ ਕੰਮ ਕਰਨੇ ਆ ਆਪਾਂ ਜਾ ਕੇ ਕੰਮ ਤੇ ਫੋਕਸ ਕਰਾਂਗੇ ਤੇ ਹੁਣ ਜੇ ਆਪਾਂ ਨੂੰ ਤੀਜਾ ਬੰਦਾ ਮਿਲ ਗਿਆ ਕੋਈ ਜਾ ਕੇ ਇੱਥੋਂ ਜਾ ਕੇ ਹੁਣ ਜੇ ਮੇਰੇ ਕੋਈ ਕੰਮ ਨਾ ਆਇਆ ਮੈਂ ਕੀ ਕਰੂੰ ਮੈਂ ਤੁਹਾਡੀਆਂ ਜਾ ਕੇ ਚੁਗਲੀਆਂ ਕਰੂੰ ਜਾਂ ਕੇ ਹੋਰ ਬੰਦੇ ਦੀਆਂ ਚੁਗਲੀਆਂ ਕਰੂੰ ਹਨਾ ਹੁਣ ਜੇ ਅੱਗੇ ਬੰਦੇ ਨੇ ਜੇ ਗੋਲ ਸੈੱਟ ਕੀਤਾ ਵਾ ਕੋਈ ਹਨਾ ਉਹਦੇ ਕੋ ਕਰਨ ਲਈ ਐਕਟੀਵਿਟੀਆਂ ਹੈਗੀਆਂ ਵਾ ਕੁਝ ਤੇ ਫਿਰ ਤੇ ਉਹ ਜਾ ਕੇ ਉਹਦੇ ਚ ਰੁੱਝੂਗਾ ਮਹਿਲਾ ਬੰਦਾ ਤੇ ਉਹਨੇ ਤੇ ਫੇਰੇ ਰੋਲ ਵੈਲਾ ਵੈਲਾ ਦਾ ਮਹਤਾਨ ਦਾ ਕਰਿਆ ਚੇਤਾਨ ਦਾ ਕਰ ਉਹ ਤਾਂ ਕੀ ਬਣ ਸਕ ਬੈਠੇ ਪਟਾਇਆ ਕੀ ਕਰ ਲਾਂਗੇ ਆ ਬੈਠੇ ਪਟਾਇਆ ਕੋਈ ਮੈਂ ਤਾਂ ਪਾਵਰ ਕੋਈ ਸ਼ਕਤੀਆਂ ਹੋਣੀਆਂ ਤੇ ਨਹੀਂ ਪਾਵਰ ਨਹੀਂ ਚਾਣੀਆਂ ਜਾਂ ਮੈਂਜਰ ਸਾਰੀਆਂ ਸਹੀ ਗੱਲ ਕੀ ਆਗੇ ਤੁਹਾਨੂੰ ਚੋਕ ਕੇ ਲਿਜਾ ਕੇ ਉਹਨੇ ਅਬਾਨੀ ਟਾਵਰ ਤੇ ਬਿਠਾ ਦੇਣਾ ਸਹੀ ਗੱਲ ਕੁਛ ਨਾ ਕੁਛ ਕਰਨਾ ਜੇ ਮਿਹਨਤ ਤਾਂ ਹੁਣ ਆਪਾਂ ਰੂਪ ਵੀ ਵੇਚ ਲੈਣੇ ਨੇ ਹੁਣ ਆਪਾਂ ਕਹਿੰਨੇ ਆਂ ਵੀ ਬਾਹਰ ਜਾ ਕੇ ਮਿਹਨਤ ਕਰਾਂਗੇ ਥੋੜਾ ਜਿਆਦਾ ਪੈਸੇ ਮਿਲ ਜਾਏਗਾ ਆਫਰਸ ਮਿਲ ਜਾਣਗੇ ਠੀਕ ਹੈ ਵਧੀਆ ਗੱਲ ਹੈ ਕਰਨਾ ਚਾਹੀਦਾ ਪਰ ਆਪਾਂ ਨੂੰ ਪਿੱਛੇ ਵੀ ਸਪੋਰਟ ਕਰਨੀ ਚਾਹੀਦੀ ਨਾ ਜਾਦਾ ਤਾਂ ਉਹਨੂੰ ਗਾਣਾ ਗਾਈ ਦੇ ਕੋ ਉਹਨੂੰ ਉਹ ਚੀਜ਼ ਤੋਂ ਮੰਨ ਲਿਆ ਆਪਣੇ ਵੀ ਆਪ ਆਪਣੇ ਆਪ ਰੱਬ ਵਧੀਆ ਤਰ੍ਹਾਂ ਉਹਨਾਂ ਦਾ ਮੇਨ ਧਰਮ ਹੈ ਉਹਨਾਂ ਦਾ ਉਹਨੂੰ ਗਾਈਡ ਕਰਦੇ ਨੇ ਵਾਈਨ ਮੂਨ ਮੱਕੀ ਕੋ ਪਾਕੀ ਕਰਦੇ ਨੇ ਵਾਈਨ ਮੈਨ ਵੀ ਪਿੰਦੇ ਨੇ ਇਸ ਤਰ੍ਹਾਂ ਉਹ ਕਿਹੜਾ ਸਿਸਟਮ ਹੈਗਾ ਮੈਨੂੰ ਜਦੋਂ ਨਹੀਂ ਮੈਂ ਤੇ ਉਹ ਸਿਸਟਮ ਹੈਗਾ ਤੇ ਵੇਖ ਲਓ ਉਹ ਕਿੰਨਾ ਕਿ ਪ੍ਰਾਬਲਮ ਹਾਵੀ ਨਹੀਂ ਕਰਦੇ ਆਪਣੇ ਸਿਰ ਦੇ ਉੱਤੇ ਭਾਈ ਉੱਥੇ ਪਖੰਡ ਨਹੀਂ ਜਿਆਦੇ ਹੁਣ ਆਪਣੇ ਤੇ ਬਹੁਤ ਕੁਝ ਚੱਲ ਸਕਦਾ ਵੇਖਦੇ ਵੀ ਹਾਂਗੇ ਆਪਾਂ ਬਹੁਤ ਕੁਝ ਇਹ ਚੱਲਣ ਰਿਹਾ ਪਰ ਉਹ ਕਿਹਦੇ ਹੱਥ ਸਾਡੇ ਮੈਂ ਸਵੇਰੇ ਜਾ ਕੇ ਕਰਦਾ ਤੇ ਮੈਂ ਹੀ ਮਾੜਾ ਵਜਣਾ ਉੱਥੇ ਧਰਮ ਨਹੀਂ ਵਜਣਾ ਪਰ ਆਪਾਂ ਕਿਹ ਬੰਦੇ ਨਹੀਂ ਮੜਾ ਗਣਾ ਆਪਾਂ ਇਹ ਚੀਜ਼ ਆ ਇਹ ਗਲਤ ਤੀਰ ਕਿਣਾ ਵੇਖਣ ਦੇ ਆਪਾਂ ਹੁਣ ਬੰਦਾ ਕਰ ਕਿਹੜਾ ਰਹਿ ਤੇ ਉਹਨੂੰ ਉਹਨੂੰ ਰੋਕੋ ਤੁਸੀਂ ਸਿੱਧਾ ਧਰਮ ਨੂੰ ਗਾਲਾਂ ਕੱਢਣ ਦੇਵੇਂ ਦੀ ਵਿਆਹ ਧਰਮ ਮੜਾ ਨਹੀਂ ਮੜਾ ਕਿਉਂ ਮੜਾ ਸਕਦਾ ਤੁਹਾਡਾ ਆਪਣਾ ਇਤਿਹਾਸ ਵੀ ਪੜਾਣਾ ਵਾ ਤੇ ਅਗਲੇ ਦਾ ਵੀ ਇਤਿਹਾਸ ਪੜਾਣਾ ਹੋ ਸਕਦਾ ਵਾ ਬਿਲਕੁਲ ਉਹ ਹੋ ਕੀ ਸਕਦਾ ਹੈਗਾ ਵਾ ਹਨਾ ਹੁਣ ਥਿੱਚੀ ਜਾਂਦੇ ਆ ਉਹ ਚ ਕੀ ਉਹ ਫਿਰ ਉਹ ਚ ਕਿੰਨੇ ਕਹ ਕਿਹੜੇ ਬੰਦੇ ਹੁੰਦੇ ਆ ਸਾਰੇ ਬੇਲੇ ਤੇ ਯਾਰ ਜਿਨ੍ਹਾਂ ਨੇ ਸਾਰੇ ਆਪਣੇ ਧਿਪੋ ਸੈਟ ਕਰ ਲਿਆ ਤੇ ਹੁਣ ਉਹਨਾਂ ਕੋ ਕੁਛ ਆਇਆ ਹੀ ਨਹੀਂ ਆ ਵੀ ਉਹਨਾਂ ਨੇ ਵਿਹਲੀ ਮਾਰਨੀ ਗੱਲ ਉਹ ਹੀ ਤੁਸੀਂ ਕਿਹਾ ਕਿ ਉਹ ਆਪਣੇ ਆਪਣੇ ਤੇ ਧਰਮ ਨੂੰ ਜਾਂ ਆਪਣੇ ਨੂੰ ਜਿਆਦਾ ਹਾਵ ਹੈਗਾ ਅਕਲ ਰੱਬ ਆਪਾਂ ਵੀ ਰੱਬ ਦੇ ਹੀ ਸਹੀ ਹੈ ਹਾਂ ਰੱਬ ਹੁਣ ਕਈ ਕਹਿੰਦੇ ਪਏ ਆਪਣੇ ਤੁਹਾਡੇ ਮਨ ਚ ਰੱਬ ਆ ਹੁਣ ਸੋਚੋ ਮੈਂ ਇੱਥੇ ਡਿੱਗ ਜਾ ਤੇ ਸਪੋਜ਼ ਰੱਬ ਨੇ ਤਾਂ ਠੋਣਾ ਨਹੀਂ ਨਾ ਮੈਨੂੰ ਟੁੱਟਾ ਤੇ ਮੈਨੂੰ ਆਪ ਹੀ ਪੈਣਾ ਗੁਰਬਾਣੀ 'ਚ ਵੀ ਲਿਖਿਆ ਆ ਗਿਆ ਵਾ ਕਿ ਮੈਂ ਸੁਣਿਆ ਹੀ ਆ ਕਿ ਇਹ ਤੋਂ ਹੋਰ ਕਿ ਉਹਨਾਂ ਨੇ ਦੱਸਿਆ ਕਿ ਜਿਵੇਂ ਕਟੜਦਾ ਨਾ ਹਾਰ ਤਾਂ ਰਮਚ ਮਾੜੀ ਕਿ ਕਟੜਤਾ ਵੀ ਬਹੁਤ ਮਾੜੀ ਚੀਜ਼ ਆ ਕਿ ਬਿਲਕੁਲ ਹੋ ਹੋਣਾ ਕਿਉਂਕਿ ਚੀਜ਼ਾਂ ਸਮੇਂ ਦੇ ਸਮੇਂ ਦੇ ਨਾਲ-ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਕਿਉਂ ਚੇਂਜ ਹੀ ਇਕਲੀ ਇੱਕੇ ਉਹਦੀ ਚੀਜ਼ ਆ ਜਿਹੜੀ ਕਿ ਕਨਸਟੈਂਟ ਆ ਹੈਨਾ ਕਿ ਉਹ ਜਿਹੜਾ ਇੱਕੇ ਥਾਂ ਬਦਲਦਾ ਹੀ ਨਹੀਂ ਆ ਉਹ ਕੀ ਪੱਥਰ ਆ ਜਾਂ ਕਿ ਪੱਥਰ ਹੀ ਪੱਥਰ ਹੀ ਬਦਲਦਾ ਦਾ ਭਾਈ ਪੱਥਰ ਵੀ ਸਮੁੰਦਰ ਦੇ ਪੱਥਰ ਹੀ ਰੰਗ ਬਦਲ ਜਾਂਦਾ ਤਾਂ ਫਿਰ ਆਪਾਂ ਜੇ পাল ਲੰਦੇ ਆ ਆਪਾਂ ਜੇ ਬਿਲਕੁਲ ਹੀ ਕਟੜ ਹੋ ਜਾਾਂਗੇ ਤਾਂ ਕੀ ਉਹ ਟੋੜੇ ਨਰਮ ਨਰਮ ਹੋਣਾ ਚਾਹੀਦਾ ਹੋਣਾ ਸਮੇਂ ਦੇ ਹਾਲਾਤਾਂ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਬਿਲਕੁਲ ਹੋ ਜਾਣਾ ਨਾ ਕਿ ਇੱਕੋ ਜਾਈ ਦੇ ਵਿੱਚ ਇੱਕੋ ਜਾਈ ਆਂ ਇਹ ਗੱਲ ਇੱਕੋ ਜਾਈ ਸਿਸਟਮਿੰਗ ਤੇ ਆਪਾਂ ਇੱਕ ਇਹ ਵੀ ਗੱਲ ਲੈ ਕੇ ਚੱਲੀਏ ਕਿ ਜਿਵੇਂ ਆਪਣੇ ਸਰਕਾਰਾਂ ਨੂੰ ਆਪਾਂ ਮਾਰਾ ਗੈਹ ਦਿੰਦੇ ਆ ਪਰ ਅਸਲ ਤੇ ਅੰਦਰਲੇ ਡਿਪਾਰਟਮੈਂਟ ਚ ਵੀ ਜਿਹੜੇ ਲੱਗੇ ਹੋਏ ਆ ਹਨਾ ਲੋਕ ਜਿਹੜੇ ਉਹ ਵੀ ਕਰਪਟਡ ਆ ਤੇ ਕਾ ਉਹ ਆਪਣੇ ਧੀਆਂ ਪੁੱਤਾਂ ਨੂੰ ਕੀ ਸਿਖਾਉਣਗੇ ਹੁਣ ਕਈਆਂ ਦੇ ਮੈਂ ਵੇਖਿਆ ਜੋ ਆ ਮਤਲਬ ਕਿ ਉਦਾਂ ਹੁਣਗੇ ਹਾਈ ਸਟੈਂਡਰਡ ਦੇ ਤੇ ਜਿਵੇਂ ਕਿਤੇ ਜਾਣਦੇ ਹੋਣਗੇ ਖਲਾਰਾ ਪਿਆ ਹੁੰਦਾ ਹੈ ਇਹ ਚੀਜ਼ਾਂ ਖਾ ਪੀ ਕੇ ਗੱਡੀਆਂ ਚ ਬਾਹਰ ਸੁੱਟਦੇ ਹਨਾ ਉਹ ਤੇ ਫਿਰ ਆਇਆਸੀ ਹੋ ਗਈ ਨਾ ਵੀ ਆਪਾਂ ਆਇਆਸੀ ਕਿਤਰਾ ਡਾਉਨ ਪਿਆ ਜਿੱਦਾਂ ਵੀ ਇਹ ਮਤਲਬ ਕਿ ਯਾਰ ਇੰਨੇ ਕਿਤੇ ਹੁਣ ਕਾਮਨ ਸੈਂਸ ਆਪਣੇ ਜਾਂ ਸਿਖਾਉਣੀ ਚਾਹੀਦੀ ਹੈ ਜੇ ਯਾਰ ਹੁਣ ਜਿੰਨਾ ਵੀ ਹਾਈ ਕਲਾਸ ਆ ਬੰਦਾ ਆਪਾਂ ਕੀ ਉਮੀਦ ਕਰਦੇ ਆਂ ਕਿ ਉਹ ਤੋਂ ਕਿ ਉਹ ਸਾਫ਼ ਸੁਥਰਾ ਰੱਖੂਗਾ ਨਾ ਸਾਫ਼ ਸਵੱਾਈ ਰੱਖੂਗਾ ਹੁਣ ਮੈਂ ਕਈ ਵੇਖੇ ਚੰਗੇ ਘਰਾਂ ਦੇ ਬੰਦੇ ਜਿਨ੍ਹਾਂ ਕਿ ਉਹਨਾਂ ਨੇ ਇਹ ਨਹੀਂ ਵੇਖਣਾ ਕਿ ਡਿਸਟਪਿੰਡ ਕਿੱਥੇ ਆ ਉਹਦੇ ਚ ਪਾਈਏ ਚੀਜ਼ ਆਪਾਂ ਨਿਕੀ ਆ ਕਿ ਵੀ ਨੇ ਸਾਰੇ ਨਹੀਂ ਕਹਿ ਸਕਦੇ ਕਈ ਕਹਿ ਸਕਦੇ ਆ ਨਾ ਬਾਰ ਬਾਰ ਐਸ਼ਾ ਕਈ ਲੈ ਕੇ ਤੁਰਦਾ ਕਈ ਕਈ ਹਾਂ ਨਹੀਂ ਕਈਆਂ ਮੈਨੂੰ ਵੀ ਗਿਣ ਸਕਦੇ ਆ ਉਹ ਕਈ ਵੇਖੇ ਵੀ ਆਪਾਂ ਕਈ ਵਧੀਆ ਵੀ ਆ ਹਨਾ ਕਈ ਵੇਖੇ ਤਾਂ ਵੀ ਆ ਗਈ ਬਾਜ਼ ਚ ਜਾਂਦੇ ਵੀ ਕੋਈ ਚੀਜ਼ ਕਾੰਦੇ ਆ ਤੇ ਉਹ ਬੈਗ ਚ ਪਾਉਂਦੇ ਆ ਅਕਸਰ ਉਹਨਾਂ ਨੂੰ ਆਪਣੇ ਘਰੋਂ ਸਿੱਖਣ ਤੋਂ ਮਿਲੀਆਂ ਦਾ ਆਪਣੇ ਆਲੇ ਦੁਆਲੇ ਤੋਂ ਸਿੱਖਣ ਜਿਹੜੀ ਚੀਜ਼ ਸਤਨ ਵਾਲੀ ਜਿਹੜੀ ਚੀਜ਼ ਤੁਹਾਡਾ ਬਾਕੀ ਲਾਸੇ ਪਾਸੇ ਤਰ ਬੂਮਰ ਖਾਣ ਨਾਲ ਗੱਲ ਬਈ ਮੈਂ ਉਹ ਰੋਲ ਗੰਦ ਤੇ ਆਰਬਿਟ ਸੀਗੀ ਮੈਂ ਤਾਂ ਕਾਲੇ ਯਾਰ ਮੈਂ ਕੋਣ ਬ੍ਰਸ਼ ਕੋ ਮੋ ਪੋ ਲੈ ਕਰੇ ਮੈਂ ਤੇ ਮੈਂ ਆਖਾ ਚ ਲੈ ਜੀ ਕੋਈ ਭਾਈ ਮਖਾਂਡਾ ਮੈਂ ਭਾਈ ਛੁੱਟਦੀ ਉਤ ਮੈਂ ਡਸਟਪਿੰਜ ਮੈਨੂੰ ਫੀਲ ਹੋਇਆ ਥੋੜਾ ਯਾਰ ਡਸਟਪਿੰਜ ਕੋਈ ਹੱਥ ਪਾਊਗਾ ਹੀ ਤੇ ਫਿਰ ਮੈਂ ਮੈਂ ਕੋ ਦੂਸਰੀ ਉਖਾਦੀ ਨਾ ਮੈਂ ਲਵਾਵਾ ਸਾਹਮ ਕੇ ਰੱਖਿਆ ਮੈਂ ਕੋ ਪਹਿਲੀ ਦਿਨ ਲਵਾ ਮੈਨੂੰ ਕੋ ਚੇਤਾ ਨਹੀਂ ਕਿੱਥੇ ਓਰ ਵਾਲ ਦੇ ਪਰਲੇ ਪਾਸੇ ਪਿਆ ਹੋ ਤੇ ਦੂਸਰੀ ਕੱਢਿਆ ਮੈਂ ਦੋਵੇਂ ਲਵਾਏ ਵਿੱਚ ਪਾ ਕੇ ਮੈਨੂੰ ਤੰਗੀ ਤਰ੍ਹਾਂ ਮਰੋਣ ਮਰਾਲ ਕੇ ਫਿਰ ਮੈਨੂੰ ਛੁੱਟਿਆ ਵੀ ਚਲਾਉਗਾ ਹੱਥ ਪਰ ਆ ਜੀਤਣਾ ਹੱਥ ਜਾਵੇ ਕਿਤਨਾ ਲੋਕ ਛੱਡ ਦਿੰਦੇ ਸਕੂਲੇ ਬੜੇ ਲੁੰਦੇ ਰੇ ਭਰਾ ਆਣੇ ਚੋ ਸਤਾਨੀਆਂ ਤੇ ਹੋ ਜਿੰਦੇ ਆ ਪਰ ਇੱਕ ਜੇ ਤੋ ਇਹ ਗੱਲ ਕਹਿੰਦੇ ਸਮਝ ਨਾ ਨਾ ਅਪਡੇਟ ਹੁੰਦਾ ਰਹਿਣਾ ਜੇ ਦਾਣ ਬੰਦੇ ਨੂੰ ਜਦੋਂ ਤੁਸੀਂ ਗੱਲ ਕਰਦੇ ਕਿ ਗੋਰਿਆਂ ਦਾ ਤੇ ਆਪਣਾ ਹੁਣ ਗੋਰਿਆਂ ਚ ਜਿਵੇਂ ਵੀ ਆ ਜੇ ਉਹ ਆਪਣੇ ਬੱਚਿਆਂ ਨੂੰ ਸਟੱਡੀ ਕਰਾਉਂਦੇ ਉਹ 10 ਸਾਲ ਪੁਰਾਣੀ ਸਟੱਡੀ ਨਹੀਂ ਕਰਾਉਂਦੇ ਹਣਾ ਹਰ ਹਰ ਸਾਲ ਉਹ ਅਪਡੇਟ ਕਰਦੇ ਆ ਜਦੋਂ ਉਹਨਾਂ ਨੂੰ 10 ਸਾਲ ਪਹਿਲਾਂ ਸਿੱਖਿਆ ਸੀ ਉਹ ਹੁਣ ਅਪਡੇਟ ਹੁੰਦਾ ਜੋ ਹਿਸਟਰੀ ਆ ਉਹ ਤੇ ਚਲੋ ਸਮਝਾਉਂਦੇ ਸਮਝਾਉਂਦੇ ਸਮਝਾ ਹਣਾ ਕਿ ਸਾਡੇ ਦੇਸ਼ ਚ ਕਿਹੜਾ ਮਾੜਾ ਕਰਕੇ ਗਿਆ ਕਿਹੜਾ ਚੰਗਾ ਕਰਕੇ ਗਿਆ ਹੁਣ ਸਾਡੇ ਦੇਸ਼ ਚ ਤੇ ਮੇਰੇ ਖਿਆਲ ਨਾਲ ਤਾਂ ਅੱਜ ਤੱਕ ਤੇ ਮਾੜਾ ਹੀ ਹੁੰਦਾ ਪੰਜਾਬ ਦੀ ਗ ਮਾੜਾ ਹੀ ਹੁੰਦਾ ਆਪਣੇ ਮਾੜਾ ਥੋੜੀ ਕਰੀ ਜਾਵਾਂਗੇ ਵੀ ਮਾੜਾ ਥੋੜੀ ਸੁਣੀ ਜਾਵੇ ਮਾੜਾ ਥੋੜੀ ਅਬਜ਼ਰਵ ਕਰੀ ਜਾਵਾਂਗੇ ਤਾਂ ਆਪਣੇ ਮਾੜਾ ਥੋੜੀ ਕੱਢੀ ਜਾਵਾਂਗੇ ਆਪਣੇ ਨਾਲ ਤੇ ਉਹ ਚੀਜ਼ ਆ ਆਪਾਂ ਨੂੰ ਚੰਗਾ ਵੀ ਤਾਂ ਕੁਝ ਕਰੀਏ ਹੁਣ ਕਈ ਜਗ੍ਹਾ ਤੇ ਹੁਣ ਵੇਖੋ ਕਿ ਜਿਵੇਂ ਬੰਦਾ ਜਾ ਕੇ ਸਟਕ ਹੋ ਜਾਂਦਾ ਹ ਹ ਨੰਗ ਕੰਮ ਕਰਦਾ ਅੱਗੇ ਸੋਚਦੀ ਨਹੀਂ ਕੋਈ ਹੁਣ ਉਹਨੂੰ ਨੌਲੇਜ ਹੀ ਨਹੀਂ ਆਉਂਦੀ ਮਿਲ ਜਾਂ ਆਪਣੇ ਸਿੱਖਿਆ ਸਾਵਧਾਨੀ ਨਹੀਂ ਮਿਲੀ ਹੁਣ ਜਿਵੇਂ ਆਪਾਂ ਕਹਿ ਲਈਏ ਕਿ ਆਈਫੋਨ ਜਿੰਨੇ ਆਈਫੋਨ ਆਏ ਸੀ ਸਟਾਰਟਿੰਗ ਜਣਾ ਪਹਿਲਾਂ ਇਹਨਾਂ ਆਈਓਐਸ ਕੱਢਿਆ ਹੋਗਾ ਆਈਓਐਸ ਮੰਨ ਤੋਂ ਸਟਾਰਟ ਕੀਤਾ ਹੋਗਾ ਜਿੰਨੇ ਕੋਈ ਵੀ ਐਂਡਰੌਇਡ ਬੰਦੇ ਸੀ ਜਾਂ ਜਿੱਦਾਂ ਹੁਣ ਕਰਦਿਆਂ ਕਰਦਿਆਂ 1 2 3 ਹੁਣ 16 ਤੇ ਚੱਲਣ ਦਿਆ ਹਾਂ ਤੇ ਹੁਣ ਇਹ ਜੇ ਗਾ ਆਈਫੋਨ 15 ਲਾਂਚ ਕਰਦੇ ਆ ਜਿੰਨੇ ਤੇ ਫਿਰ ਆਖਣ ਕੀ ਅਹੀਂ ਤੇ ਉਹ ਚਾਈਓ ਐਸ ਵਨ ਨਹੀਂ ਪਾਵਾਂਗੇ ਹਨਾ ਕਿ ਵਸਾਲ ਦੇ ਸਾਲ ਅਪਡੇਟ ਹੁੰਦਾ 16 ਆਪੇ ਪਾਉਂਦੇ ਹੋਗੇ ਉਹ ਗੱਲ ਹੋ ਜਾਂਦੀ ਹੈ ਕਿ ਜੇ ਹੁਣ ਆਪਾਂ ਆਪਣੇ ਬੱਚਿਆਂ ਨੂੰ ਉਹੋ ਹੀ ਪੁਰਾਣਾ ਹੀ ਸੌਫਟਵੇਅਰ ਚੜਾਈ ਜਾਵਾਂਗੇ ਕਿਸਮਤ ਦੇ ਨਾਲ ਹੁੰਦੀਆਂ ਚੀਜ਼ਾਂ ਜਾਂ ਉਹਨਾਂ ਨੂੰ ਗਲਤ ਪੱਟੀ ਪੜਾਈ ਜਾਵਾਂਗੇ ਤੇ ਉਹ ਫਿਰ ਇਨੀ ਜਿਆਦਾ ਚਿਰ ਨਹੀਂ ਜਿਆਦਾ ਅੱਗੇ ਨਹੀਂ ਜਾ ਪਾਉਣਗੇ ਸਹੀ ਨਹੀਂ ਪਰ ਭਾਈ ਜੀ ਇੰਡੀਆ ਜਿਹੜਾ ਕਲਚਰ ਬਹੁਤ ਕਲਚਰ ਸਟੇਟ ਹੈ ਬੜੇ ਕਲਚਰ ਵਿੱਚ ਸਭ ਚੱਲਦੇ ਨੇ ਬੜੇ ਟ੍ਰੈਡੀਸ਼ਨਲ ਕੰਟਰੀ ਹੈ ਮੈਂ ਅੱਗੇ ਸਾਰੀ ਵੀਡੀਓ ਚ ਕਹਿੰਨ ਲਾ ਆਪਣਾ ਮੰਨਣਾ ਹੀ ਪੈਣਾ ਇਹ ਚੀਜ਼ਾਂ ਹਾਂ ਅੰਗਰੇਜ਼ ਇੱਥੇ ਆ ਕੇ ਮੰਨਦੇ ਸਾਡੀਆਂ માનਤਾ ਕਿੰਨੇ ਹਨ ਸਾਡੇ ਕਿੰਨੇ ਧਰਮਾਂ ਨੇ ਕਿੰਨਾ ਵਧੀਆ ਬਾਕੀ ਵਿਕਾਸ ਵੀ ਕੀਤਾ ਕਿੰਨੇ ਯੋਧੇ ਜੰਮੇ ਆਪਣੇ ਦੇਣਾ ਕਈ ਪੀਰ ਪਗੰਬਰ ਇੱਥੇ ਝਰਤੀਆਂ ਜੰਮੇ ਸਾਰਿਆਂ ਨੂੰ ਮੈਂ ਕੀ ਪੜਨ ਹੁੰਦੇ ਲਿਖਨ ਹੁੰਦੇ ਨਾ ਬਸ ਜੇ ਸੁਣਨ ਹੁੰਦੇ ਨੇ ਉਹਨਾਂ ਦੇ ਗੱਲਾਂ ਅਬਜ਼ਰਵ ਕਰਦੇ ਆਹੀਂ ਸਿਰਫ ਕੀ ਆਪਣਾ ਕੰਮ ਹੋ ਗਿਆ ਕੱਲ ਕੋਠੀ ਪੈਣੀ ਉਹਨੂੰ ਕਹੇ ਰੱਬ ਨੂੰ ਗੱਲ ਗਲਤ ਨਹੀਂ ਗੱਲਗਾ ਹੁਣ ਉਹੀ ਗੱਲ ਆ ਗਈ ਨਾ ਵੀ ਹੁਣ ਨਹੀਂ ਦਰਬੇ ਰੱਬ ਦੇ ਘਰ ਮੱਥਾ ਟੇਕੇ ਤੇ ਰੱਬ ਕੋ ਕੀ ਮੰਗੀ ਜਾਣੀ ਗੱਲ ਉਹ ਕੋਠੀ ਤੇ ਆ ਗਿਆ ਹੁਣ ਆਪ ਰੱਬ ਕੋ ਕੀ ਮੰਗੇ ਰੱਬਾ ਵੀ ਸਾਨੂੰ ਆ ਚੀਜ਼ ਦੇ ਦੇ ਆਪਾਂ ਉਹ ਚੀਜ਼ ਦੇ ਦੇ ਉਹ ਕੀ ਆ ਕਿਸਮਤ ਕਿਦਾਂ ਸਜੇ ਰੱਬ ਕੋ ਚੱਲ ਮੰਨਦੇ ਵੀ ਰੱਬ ਕੋ ਪਈ ਚੀਜ਼ ਹੈ ਰੱਬ ਨੇ ਤੈਨੂੰ ਦੇਣੀ ਹੈ ਹਾਂਜੀ ਪ੍ਰੋਟੈਸਟ ਲੈ ਰਹਿਣ ਦਾ ਹਾਂ ਫੈਂਟੈਸਟਿਕ ਤੁਮ ਕੀ ਜਾਗ ਰਿਹਾ ਰਿਸ਼ਵ ਦੇਣ ਨੇ ਹੁਣ ਮੈਂ ਨਹੀਂ ਕਹਿੰਦਾ ਮਤਾਂ ਗਲਤ ਨਹੀਂ ਕਹਿੰਦਾ ਵੀ ਕਿਸੇ ਦਰਬਾਰ ਚ ਜਾ ਗਿਆ ਜੀ ਕਰਨੇ ਪਰ ਆਪਾਂ ਤੇ ਰਿਸ਼ਵ ਦੇ ਨਾਲ ਕਈ ਤੇ ਰਿਸ਼ਵ ਦੇ ਨਾਲ ਕੰਮ ਕਰਦੇ ਆ ਰੱਬਾ ਐਂ ਕਰ ਪੇਪਰਾਂ ਪਾਸ ਕਰਾ ਦੇ ਲੰਗਰ ਚੜਾਵਾਂਗੇ ਆ ਕਰਦਾ ਆਂ ਕਰ ਦੇ ਪਰ ਆਪਣੀ ਜਦੋਂ ਸਿੰਕਿੰਗ ਇਹ ਬੰਦੇ ਦੀ ਮਿਹਨਤ ਵੀ ਹੁੰਦੀ ਪਈ ਸਾਰਾ ਦੀ ਮਿਹਨਤ ਵੀ ਹੁੰਦੀ ਹੈ ਕਹੀ ਇਤਨਾ ਕਰਦੇ ਆ ਫਿਰ ਰੱਬਾ ਪਾਸ ਕਰਾ ਦੇ ਜਾਂ ਰੱਬਾ ਵਿਆਹ ਕਰਾ ਦੇ ਜਾਂ ਅੱਬਾ ਉਹ ਕਰਾ ਦੇ ਆ ਕੋਠੀ ਪਾ ਦੇ ਆ ਕਰਾ ਦੇ ਪਾ ਦੇ ਕਰਨਾ ਕੁਝ ਨਹੀਂ ਸਰਕਾਰਾਂ ਨੂੰ ਮਾਰਾ ਗਏ ਜਨਾ ਜਾਂ ਸਰਕਾਰ ਨੇ ਆਇਆ ਕਰਤਾ ਪਿਛਲੇ ਵਾਰੀ ਉਹ ਕਰ ਗਿਆ ਸੀ ਤੇ ਇਹ ਕਰ ਗਿਆ ਸੀ ਤੇ ਉਸ ਸਰਕਾਰ ਨੂੰ ਮਾੜਾ ਨਹੀਂ ਕਹਿ ਸਕਦੇ ਯਾਰ ਆਪਣੇ ਆਪਣੀ ਕਮੀਆਂ ਬਹੁਤ ਹੈ ਤੁਸੀਂ ਸਰਕਾਰੇ ਤੇ ਕੀ ਗੱਲ ਕੀਤੀ ਸਰਕਾਰਾਂ ਚ ਪਹਿ ਤਾਂ ਨਹੀਂ ਮਾੜਾ ਕਹਿ ਸਕਦੇ ਯਾਰ ਆਪਾਂ ਜਦੋਂ ਆਪਣਾ ਸੋਜ ਮੇਰਾ ਕੋਈ ਕੰਮ ਹੈ 100 ਰੁਪਏ ਦੀ ਤੇ ਪਰਚੀ ਲੱਗਣੀ ਹੈ ਪਰ ਬੰਦੇ ਨੇ 120 ਰੁਪਏ ਲੈ ਲਿਆ ਉਹਨੇ 20 ਰੁਪਏ ਲੈ ਕੇ ਵੀ ਨਹੀਂ ਕੰਮ ਕੀਤਾ ਪਤਾ ਨਹੀਂ ਛੇਤੀ ਕਰਾਉਣਾ ਚਾਹੁੰਦੇ ਆਸਕਰ ਰਾਤ ਤੇ ਅਸੀਂ ਤਾਂ ਦੇਨੇ ਆ ਅੱਜ ਤਾਂ ਹੀ ਪਹੁੰਚੇ ਆ ਇਨਸਾਨ ਹੀ ਬਾਤ ਪਈ ਹੈ ਇਨਸਾਨ ਹੀ ਰਹਿੰਦੇ ਧਰਤੀ ਤੇ ਇਥੇ ਉਹ ਜਾਨਵਰੀਆਂ ਐਲੀਨ ਤੇ ਰਹਿਣ ਨਹੀਂ ਦੇ ਜਾਨਵਰ ਤਾਂ ਸਭ ਖਾ ਰਹਿਣ ਦੇ ਐਲੀਨ ਦੇ ਰਹਿਣ ਨਹੀਂ ਦੇ ਵੀ ਜਿਹੜੇ ਵੱਖਰੀ ਚੀਜ਼ਾਂ ਆ ਗਈਆਂ ਸਿਸਟਮ ਇਥੇ ਰੂਲ ਤਾਂ ਇਹੀ ਬਣਾਏ ਐਂ ਫਾਲੋ ਕਰਦੇ ਸਾਡੇ ਇਥੇ ਬਣੇ ਤੇ ਭੰਗ ਵੀ ਇਹੀ ਕਰਦੇ ਸਰਕਾਰਾਂ ਵੀ ਕਰਦੇ ਆ ਕਿ ਪਰ ਉਹ ਗੱਲ ਵੱਖਰੀ ਹੋਊਗੀ ਉਹ ਚੀਜ਼ ਵੱਖਰੀ ਜੀ ਪਰ ਜਿਹੜੀ ਮੇਨ ਚੀਜ਼ ਤੁਸੀਂ ਆ ਗੱਲ ਕਰਨ ਦੇ ਵੀ ਆ ਸਰਕਾਰੀ ਮਾੜੀਆਂ ਉਹਨਾਂ ਨੂੰ ਕੁਛੀ ਜਣਾ ਦੇ ਉਹ ਜਿੱਤ ਨਹੀਂ ਮੰਨ ਸਕਦਾ ਹੁਣ 100 ਰੁਪਏ ਕਿਤੇ ਪਰਚੀ ਲੱਗਣੀ ਉੱਥੇ ਸਰਕਾਰ ਥੋੜੀ ਆ ਕੇ ਕਹੂਗੀ ਵੀ ਪਈਆ 100 ਰੁਪਏ ਦੀ ਪਰਚੀ ਮੈਂ ਇਹਦੀ ਬੰਦੇ ਦੀ ਕੱਟੋ ਤੇ ਅਸੀਂ ਕਿੰਨਾ ਕੰਮ ਛੇਤੀ ਕਰਾਵਾਂਗਾ ਕੀਤਾ ਕਿਉਂ ਨਹੀਂ ਉੱਥੇ ਤੇ ਉਹੀ ਮਾੜੇ ਜਿਹੜੇ ਸਰਕਾਰੀ ਕੁੱਤੇ ਸੱਦੀ ਗੱਲ ਨੂੰ ਸਰਕਾਰੀ ਕੁੱਤੇ ਬੈਠੇ ਜਿਹੜੇ ਹੁਣ ਸਾਰੇ ਤਾਂ ਨਹੀਂ ਬੈਠੇ ਕਈਆਂ ਨੂੰ ਕਹਿਣ ਦੇ ਭਾਈ ਹੁਣ ਕਈ ਕਰਨਗੇ ਕਮੈਂਟ ਤੇ ਮਾੜਾ ਕਹਿ ਸਕਦਾ ਤੂੰ ਮੈਂ ਮਾੜਾ ਆ ਮੈਂ ਪਹਿਲਾਂ ਕਹਿੰਨ ਨਾ ਭਾਈ ਮਾੜੇ ਹੈਗੇ ਐ ਜਿਸ ਦੀ ਗੱਲ ਐਹੀਂ ਜੇ ਕੋਈ ਗੱਲ ਕਰਨ ਦੇ ਤਾਂ ਹੀ ਮਾੜੀ ਕਰਾਂਗੇ ਹਣਾ ਹਾਣੂ ਕੋਈ ਨਹੀਂ ਇਬਸਾਨ ਹੁੰਦਾ ਮੈਂ ਤਾਂ ਭਾਈ 5 ਸਾਲ ਤੱਕ ਹੀ ਖਾਧੇ ਮੈਂ ਸਰਕਾਰੀ ਕੁੱਤੇ ਮਾੜੇ ਵੇਖੇ ਉਹਨਾਂ ਦੀ ਥਿੰਕਿੰਗ ਪਤਾ ਕੀ ਆ ਚਾਰ ਚਿਹਰਾ ਲੱਗੇ ਹਨ ਜਿੰਨਾ ਚਿਰ ਬੰਦੇ ਨਾਲ ਆਪਣੇ ਨਾਲ ਨਾ ਬੀਤੇ ਉਹਨਾਂ ਚਿਰ ਗੱਲਾਂ ਨਿਕਲਦੇ ਨੇ ਹੁਣ ਤੁਸੀਂ ਅਕਸਰ ਇਦਾਂ ਕਹਿਣਦੇ ਆ ਹਣਾ ਅਕਸਰ ਤੁਹਾਨੂੰ ਕਿਤੇ ਮਾੜਾ ਮਾੜਾ ਐਕਸਪੀਰੀਅੰਸ ਹੋਇਆ ਹੋ ਇਹਨਾਂ ਦਾ ਕਰਕੇ ਤੇ ਤੁਸੀਂ ਕਹਿਣ ਦੇ ਮਾੜਾ ਐਕਸਪੀਰੀਅੰਸ ਬੰਦੇ ਇਤਰਾ ਟੱਕਰੇ ਆ ਬੰਦੇ ਇਤਰਾ ਟੱਕੇ ਪਤਾ ਕਿਤਰਾ ਹੁਣ ਸਪੋਜ਼ ਸਾਰੇ ਬਜ਼ੁਰਗ ਬੈਠੇ ਨੇ ਉੱਥੇ ਮੈਂ ਕਿਹਨੂੰ ਮਾੜਾ ਤਾਂ ਨਹੀਂ ਕਹਿਣ ਦਾ ਇੱਥੇ ਪਰ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿਣ ਦਾ ਕਈਆਂ ਨੂੰ ਕਹਿਣ ਵੀ ਨਹੀਂ ਦਿਆ ਜੇ ਜੇ ਮੈਂ ਵੇਖੇ ਹੁਣ ਉਹਨਾਂ ਦੀ ਸਿੰਗੀ ਮੰਦਾ ਕੀ ਇੱਥੇ ਬੈਠੀ ਆ ਅੰਟੀ ਅੰਕਲ 1 2 3 4 ਅਜੇ ਚਾਰ ਟੇਬਲ ਲੱਗੇ ਚਾਰ ਪੋਸਟਾਂ ਉਹਦੀ ਪੰਜਵੀਂ ਪੋਸਟ ਜਦੋਂ ਹੁੰਦੀ ਵੀ ਸੱਤਾਂ ਅੱਠਵੇਂ ਮਹੀਨੇ ਨੂੰ ਟਾਇਰ ਹੋਣਾ ਰੱਬ ਦੀ ਕਿਰਪਾ ਨਾਲ ਮੈਨੂੰ ਆ ਚੀਜ਼ ਮਿਲ ਇਹ ਹਵਾ ਖਾਂਣ ਡਿਆ ਹੁਣ ਮੈਂ ਫੇਰ ਰੋਟੀ ਖਾ ਗਏ ਪੰਜ ਚਾਰ ਲੱਗ ਜੇ ਹੁਣ ਇਹ ਨਹੀਂ ਹੁਣ ਨਿਆਣੇ ਮਾੜੇ ਹੁੰਦੇ ਪਰ ਕਈਆਂ ਦੇ ਹੁੰਦੇ ਵੀ ਨਹੀਂ ਸੱਦੀ ਜੀ ਗੱਲ ਉਹਨਾਂ ਨੂੰ ਪਤਾ ਹੁੰਦਾ ਵੀ ਸਾਡੇ ਪਿਓ ਨੇ ਜਾਂ ਮਾਣ ਨੇ ਸਾਡੇ ਕਰਪਟ ਦੀ ਕਮਾਈ ਕਮਾਈ ਆ ਤੇ ਸਾਨੂੰ ਲੱਗਣੀ ਮਿੱਤਰਾਂ ਦੀ ਜਿਵੇਂ ਉਹ ਗੱਲ ਤੈਹੀਂ ਕਰ ਦਿੰਦੇ ਕਿ ਉਹਨੇ ਗੁਰਦਾਰੇ ਮੰਦਿਰੇ ਮੱਥਾ ਟੇਕਿਆ ਕੋਈ ਨਾ ਮੈਂ ਸਾਡੇ ਕਹਿਦ ਕਿਆ ਕੋਈ ਨਾ ਕੋਠੀ ਤੇ ਪੈ ਜਾਣੀ ਪਿਓ ਦੇ ਉਹਦੇ ਟਾਇਰ ਦੇ ਗੁੱਟੀ ਪੈ ਜਾਣੀ ਹੁਣ ਉਹਦਾ ਵੀ ਕੀ ਘੁਮਾਣਾ ਸਾਈਕਲ ਵਾਲੀ ਗੱਲ ਆ ਕੀ ਸਾਈਕਲ ਤੇ ਮਸੜੀ ਵਾਲੀ ਦੋਨੋਂ ਚੰਗਾ ਨਹੀਂ ਕਹਿ ਸਕਦੇ ਮਾੜਾ ਨਹੀਂ ਕਹਿ ਸਕਦੇ ਗੱਲ ਹੈ ਦਿਮਾਗ ਪੜਨ ਦੀ ਜੇ ਦਿਮਾਗ ਪੜ ਲਿਆ ਤਾਂ ਗੱਲ ਖਤਮ ਪਰ ਅਸੀਂ ਬੰਨਣਾ ਨਹੀਂ ਚਾਹੁੰਦੇ ਅਸੀਂ ਮਿਲਣਾ ਨਹੀਂ ਚਾਹੁੰਦੇ ਵਿਚਰਨਾ ਨਹੀਂ ਚਾਹੁੰਦੇ ਗੱਲ ਵਿੱਚ ਤੇ ਸਾਰਿਆਂ ਨਾਲ ਮਿਚਰੋ ਜਿਹਨਾਂ ਨੂੰ ਤੈਨੂੰ ਵਿਚਨਾ ਚਾਹੁੰਦੇ ਉਹਨਾਂ ਨਾਲ ਤੇ ਵਿਚਰੋ ਚੰਗੀ ਤਰ੍ਹਾਂ ਵੀ ਪਤਾ ਲੱਗੂ ਹੁਣ ਸਭ 22 ਦੇ ਚੌਥੇ ਬੰਦੇ ਨੂੰ ਜਾ ਕੇ ਮਿਲੋ ਕੋਈ ਤੰਗੀ ਤੋਂ ਉਹਨੂੰ ਵੀ ਆ ਤੈਨੂੰ ਮੈਨੂੰ ਮਿਲੋ ਚੰਗੀ ਤਰ੍ਹਾਂ ਮਾੜਾ ਗੱਲ ਕਰੋ ਮੇਰੀ ਅੰਦਰ ਦੀ ਪਰਸਨਲ ਗੱਲ ਪਿੱ ਉਹ ਬ੍ਰਾਂਡ ਪਾਉਂਦੇ ਆ ਹੂੰ ਠੀਕ ਹੈ ਵੀ ਉਹ ਬ੍ਰਾਂਡ ਪਾਉਂਦੇ ਆ ਤੇ ਆਹੀ ਬ੍ਰਾਂਡ ਪਾ ਲਈਏ ਕਿ ਐਂ ਗੁਚੀ ਪਾ ਕੇ ਕਿ ਭੈਣ ਚ ਬਹੁਤ ਵੱਣ ਜਾਗੇ ਸ਼ੇਰ ਵੀ ਆਣਦੇ ਆ ਗੁਚੀ ਪਾਈਏ ਤੇ ਸਾਨੂੰ ਹੁਣ ਮੰਤਰੀ ਆ ਕੇ ਸਲੂਟ ਮਾਰੇ ਐ ਹੋਊਗਾ ਕਦੀ ਉਹ ਗਾਣਾ ਜਹਗਾ ਸੀ ਕਿ ਡੀਸੀ ਸਲੂਟ ਮਾਰਦਾ ਕਹਿੰਦੇ ਨਹੀਂ ਲਗਾਣਾ ਜਹਗਾ ਵੀ ਆ ਉਸੀ ਜਿੰਦੀ ਆ ਉਹ ਕੰਮ ਦੀ ਹੁੰਦੀ ਸੀ ਰੂਟ ਐਣੀ ਵੀ ਹੁਣ ਕਰੋ ਬੈਠੇ ਪਿਓ ਦੇ ਸਿਰ ਤੇ ਸਲੂਟ ਵਾਦੇ ਜਾਂਦੇ ਮਾਰੂ ਗਾਣਾ ਹੀ ਖਾਂਦੇ ਆ ਸਾਲਾ ਵਿਆਹੀ ਗੇਲੇ ਪਿਓ ਦੀ ਲਾਲ ਦੰਕ ਅਕੋਰਡੈਂਟ ਬਾਈ ਲੱਬਣੇ ਐਟਰੇ ਜਾਂਦੇ ਦੇ ਉਹ ਤੇ ਆ ਬਾਈ ਲੱਬਣੇ ਬਾਈ ਲੱਬਣਾਂ ਨਹੀਂ ਗਾਲਿੰਦ ਨੂੰ ਭਲੇ ਕਾ ਬੈਗਾ ਕੀ ਤਾਂ ਕੋਈ ਵੇਖੇ ਵੇਖਦੇ ਵੇਖਦੇ ਨਹੀਂ ਪਾਉਂਦੇ ਤੇ ਲਾਰੇ ਵਾਲੇ ਬੰਦੇ ਬੜੇ ਸੁਸਤੀਆਂ ਸੁਸਤੀ ਦਾ ਨਾਮ ਜੇ ਇੱਕ ਮਿਹਨਤ ਜਿੰਨੇ ਮਿਹਨਤ ਨਹੀਂ ਕਰਨੀ ਉਹਨਾਂ ਦੀ ਪਛਾਣ ਸੁਸਤੀ ਚੋ ਜੇ ਉਹਨਾਂ ਦੀ ਪਛਾਣ ਦਾ ਡੱਗੇ ਨਹੀਂ ਉੱਠਣਾ ਨਹੀਂ ਜੀ ਉਹਨਾਂ ਦੀ ਪਛਾਣ ਇਹ ਵੀ ਪਿਓ ਦੀ ਕਮਾਈ ਸਾਰੇ ਨਹੀਂ ਕਹਿ ਸਕਦਾ ਕਈ ਜਨੂੰ ਵਧੀਆ ਪਿਓ ਦੀ ਕਮਾਈ ਕਰਦੇ ਨਹੀਂ ਨਹੀਂ ਕਈ ਕਈ ਗਾਂ ਯਾਰ ਉਹਨਾਂ ਨੂੰ ਮਤਲਬ ਕਿ ਆਪਣੇ ਪਿਓ ਦਾ ਬਿਜ਼ਨਸ ਜਾਂ ਉਹਨੂੰ ਹੋਰ ਗਾਂ ਉੱਪਰ ਲੈ ਕੇ ਕਲੀਅਰ ਕਰ ਨਹੀਂ ਦਿੰਦੇ ਆਪਾਂ ਇਹਦੇ ਪਰ ਸੁਸਤੀ ਵਾਲਾ ਜਿਹੜਾ ਹੁੰਦਾ ਇੱਕ ਮੋਖਰ ਉਹ ਸੁਸਤੀ ਵਾਲਾ ਇੱਕ ਚੀਜ਼ ਹੈ ਕਿ ਉਹ ਠੱਗੀ ਜਾਣਾ ਇੱਕ ਚੀਜ਼ ਹੈ ਵੀ ਚੂਨੇ ਲਾਉਣੇ ਜਿੰਨੇ ਇੱਕ ਚੀਜ਼ ਹੈ ਵੀ ਬਸ ਨੇ ਬੈਠੇ ਰਹਿਣਾ ਨਹੀਂ ਉੱਠਣਾ ਨਹੀਂ ਇੱਕ ਚੀਜ਼ ਹੈ ਵੀ ਸੁੱਤੇ ਰਹਿਣਾ ਬਸ ਉੱਠਣਾ ਨਹੀਂ ਇੱਕ ਚੀਜ਼ ਵੀ ਬੰਗਾਲੂ ਦੀ ਚੀਜ਼ ਪਰ ਉਹਨੇ ਜਾਣਾ ਨਹੀਂ ਇਹ ਸਾਰੇ ਚਿੰਨ੍ਹ ਆਏ ਬੰਦਿਆਂ ਦੇ ਸਾਡੇ ਚ ਰਹੇ ਆ ਪਰ ਇਹ ਜ ਗੁਣੇ ਸਦੀ ਗੱਲ ਹੁਣ ਮੈਂ ਕਹੀ ਮੈਂ ਹੀ ਬੜਾ ਚੰਗਾ ਰੱਬ ਦੀ ਰੂਹ ਬੈਠੀ ਤੇ ਮੈਂ ਰੱਬ ਹੀ ਆ ਪ੍ਰਗਟ ਹੋ ਗਿਆ ਵਾ ਗੱਲ ਸਮਝਉਂਦਾ ਤੁਹਾਨੂੰ ਇਹ ਗੱਲ ਤਾਂ ਐਣੀਗੀ ਤੇ ਪਰ ਗੱਲ ਮੇਣੀ ਦੀ ਆ ਵੀ ਮਿਰਚ ਵੀ ਸਾਰੇ ਸਮੇਂ ਲੰਗੇ ਪਰ ਸਮੇਂ ਸਰ ਆਪਣ ਨੂੰ ਸਦਨ ਨਾ ਚੇਗਾ ਹੁਣ ਮੈਂ ਕਹਾਂ ਮੈਂ ਅੱਜ ਯਾਰ ਡਸਟ ਮਿੰਚਾ ਚੰਗੀ ਚੀਜ਼ ਬਾਈ ਮੈਂ ਪਹਿਲਾਂ ਖਲਾੜਦਾ ਗਿਰਿਆ ਭਾਈ ਸਦੀ ਜੀ ਗੱਲ ਖਲਾੜਦੇ ਨੇ ਪਰ ਇਹ ਸਮਝ ਚੁਪੇ ਜਦੋਂ ਸਮਝ ਆ ਗਈ ਆ ਹਾਂ ਯਾਰ ਮੈਨੂੰ ਸੁਣਨ ਵਾਲੇ ਸਾਰੇ ਮੇਰੇ ਆਣਦੇ ਹੀ ਆ ਸਾਰੇ ਹਾਂ ਮੀਤਾ ਤੁਸੀਂ ਬੋਲਣ ਦੇ ਤੁਸੀਂ ਆਪਣੇ ਆਣਦੇ ਤੁਹਾਨੂੰ ਵੀ ਆਪਣੇ ਆਣਦੇ ਸੁਣਨ ਦੇ ਆ ਮੈਨੂੰ ਕੋਈ ਥੋੜੇ ਬਾਅਦ ਬਹੁਤ ਜਗ੍ਹਾ ਵੀ ਜਿਹੜੇ ਬਰੇ ਸੁਣਨਦੇ ਪਰ ਮੈਨੂੰ ਲੱਗਦਾ ਮੈਨੂੰ ਮੇਰੇ ਅਗੇ ਸੁਣਦੇ ਚੰਗਾ ਲੱਗਦਾ ਸਭੋ ਜਿੱਤਰਾ ਮੇਨਾ 5 ਸਾਲ ਮੇਰੇ ਬਰਬਾਦ ਹੋਇਆ ਹਾਂ ਨਾ ਸਰਟੀਫਿਕੇਟਾਂ ਪਿੱਛੇ ਇਹਨਾਂ ਚੀਜ਼ਾਂ ਪਿੱਛੇ ਮੈਂ ਵੀਡੀਓ ਬਣਾਉਂਗਾ ਅਦੇ ਬਾਰੇ ਪਰ ਤੁਹਾਨੂੰ ਇਹ ਚੀਜ਼ਾਂ ਥੋੜੀ ਗਾਈਡ ਮਿਲ ਜੂਗੀ ਯਾਰ ਸਰਕਾਰੀ ਕਈ ਕੁੱਤੇ ਵੀ ਹੁੰਦੇ ਤੇ ਕਿ ਚੰਗੇ ਬੰਦੇ ਬਹੁਤ ਹੁੰਦੇ ਆ ਬਾਈ ਹਾਂ ਚੰਗੇ ਹਾਂ ਸਰਕਾਰੀ ਮੈਨੂੰ ਬਾਈ ਅਗਲੇ ਸਰਟੀਫਿਕੇਟ ਮੈਂ ਕੋ ਨਹੀਂ ਬਣੰਦੀ ਮਸਲਾਣਾ ਚ ਪਾ ਕੇ ਵੇਲਾ ਸਭ ਕੁ ਕਰਕੇ ਵੇਲਾ ਬਈ ਮੈਨੂੰ ਫਿਰ ਉਹਨੇ ਆਖ ਨੂੰ ਪਤਾ ਲੱਗਾ ਵੀ ਹਾਂ ਬਾਈ ਜੀ ਇਹਨਾਂ ਨੂੰ ਹੱਡੀ ਆ ਬੰਦੇ ਦੀ ਪਸੰਦ ਆ ਫਿਰ ਅਸੀਂ ਉਹ ਬੰਦੇ ਦੀ ਹੱਡੀ ਪੈਸੇ ਦੇ ਤੁਹਾਨੂੰ ਦਿੱਤੀ ਵੀ ਤੂੰ ਖਾ ਸਕਦਾ ਐਸੇ ਦਿੱਤੇ ਮੈਂ ਕਿਸੇ ਬੰਦੇ ਕੋਲ ਚਲ ਗਿਆ ਮੈਂ ਯਾਰ ਮੈਨੂੰ ਚੈੱਕ ਤੇ ਕਰਾਈ ਇਹ ਬਲਾ ਵੀ ਸਹੀ ਆ ਆਨਲਾਈਨ ਕਢਾ ਕੇ ਵੇਖੀਏ ਮੈਂ ਚਲ ਗਿਆ ਕਹਿੰਦਾ ਵੀ ਉਹ ਦਫ਼ਤਰ ਚਲ ਜਿਓ ਪਿਸਟਲ ਪਿਸਟਲ ਲਾਇਆ ਭਾਈ ਉਹਨੇ ਬਾਹਰ ਆਇਆ ਮੈਂ ਨਾ ਮਾਚੋ ਬਣ ਕੇ ਪੂਰਾ ਬਾਹਰ ਆ ਕਹਿੰਦਾ ਕੀ ਹੋਇਆ ਮੈਂ ਆ ਸਰਟੀਫਿਕੇਟ ਆਨਲਾਈਨ ਚੈੱਕ ਕਰਾਉਣਾ ਸੀ ਮਣਵਾਇਆ ਮੈਂ ਤੇ ਮੈਂ ਬਣਾਇਆ ਢਾਡੇ ਅੱਗੇ ਬਣਾਇਆ ਸਰਟੀਫਿਕੇਟ ਤੇ ਬਣਾਇਆ ਇੱਥੇ ਬਣਾਇਆ ਕਿੱਥੋਂ ਬਣਾਇਆ ਕਿਹਨੂੰ ਦੇ ਕੇ ਪੈ ਬਣਾ ਮੈਂ ਪੈ ਸਹੀਂ ਜਿਹੜੀ ਪਰਚੀ ਕੱਟੀ ਉਹ ਤੇ ਬਣਾਇਆ ਨਹੀਂ ਤੋ ਪੈ ਦੇ ਕੇ ਬਣਾ ਪਹਿਲਾ ਚੋਰ ਨੂੰ ਪਛਾਣਨਾ ਹੈ ਸਾਡੇ ਸਾਰੇ ਚੋਰੇ ਆਪਸਰ ਨੂੰ ਪਛਾਣਨਾ ਵੀ ਸਾਡੇ ਸਾਰੇ ਚੋਰੇ ਆ ਗੱਲਾ ਉਹਨੇ ਫੋਟੋ ਖਿੱਚ ਕੇ ਰੱਖ ਲਈ ਮੈਂ ਮੇਰੀ ਵੀ ਖਿੱਚ ਲਾ ਵੀ ਕੀ ਤਾਂ ਕਰਨ ਥੋੜਾ ਹੋਰ ਜਮਾਨਾ ਹੈ ਸ਼ਵਾਰਾ ਤੁਸੀਂ ਲਾ ਹੀ ਦਿਓ ਤੇ ਮੈਂ ਸਿੱਧੀ ਗੱਲ ਮੇਰੇ ਦਿਮਾਗ ਆਵੇ ਯਾਰ ਮੇਲਾ ਚੋਰਾਂ ਨੂੰ ਪਤਾ ਹੁੰਦਾ ਵੀ ਚੋਰ ਸਾਡੇ ਕਿੰਨੇ ਆ ਕਿੰਨੇ ਕਿਹੜੇ ਚੋਰ ਨੇ ਚੋਰੀ ਕੀਤੀ ਬਸ ਇਹ ਪਤਾ ਲੱਗਣਾ ਹੁੰਦਾ ਚਾਹੀਦਾ ਪਹਿਣ ਤੂੰ 50 ਸਰਕਾਰ ਨਹੀਂ ਮਾੜੀ ਮੈਂ ਅੱਗੇ ਗੱਲ ਵੀ ਕੁੱਤੇ ਮਾੜੇ ਦੇ ਥੱਲੇ ਬੈਠੇ ਆ ਔਰ ਸਰਕਾਰ ਤੇ ਆਪਣੇ ਨਾਲ ਆਪਣਾ ਜੋ ਵੀ ਉਹਨਾਂ ਧਰਮੇ ਪੂਰਾ ਕਰ ਰਹੀ ਵੀ ਭਈ ਤੁਹਾਨੂੰ ਪੈਸੇ ਦੇ ਰਹੀ ਸਾਡੇ ਟੈਕਸਾਂ ਚੋਂ ਕੱਟ ਗਈ ਤਾਂ ਆਪਾਂ ਕਹਿਣਾ ਕਿ ਡਰਕਸਟ ਚ ਵੀ ਟੈਕਸ ਦਿੰਨੇ ਆਪਾਂ ਉਹ ਚੀਜ਼ ਕਲੀਅਰ ਕਰਕੇ ਮੈਨੂੰ ਲੱਗਦਾ ਵੀ ਮੈਨੂੰ ਸਫੀਸ਼ੈਂਟ ਹੋਣ ਗਿਆ ਗੱਲਾਂ ਇੰਨੀਆਂ ਕਿ ਵੀ ਕਿਸਮਤ ਨੂੰ ਕੁੱਸਣ ਵਾਲੀ ਮਿਹਨਤ ਦਾ ਦੁਸ਼ਮਣ ਨਿਕਲੇ ਮਿਹਨਤ ਦਾ ਦੁਸ਼ਮਣ ਆਹੀ ਹੈ ਜਿਹੜੇ ਲੋਕ ਹੁੰਦੇ ਆਂ ਹੀ ਮਿਹਨਤ ਦੇ ਦੁਸ਼ਮਣ ਭਈ ਗਏ ਵੀ ਆਲਸ ਮਾਰ ਜੰਨੇ ਆਂ ਪਰ ਅਸੀਂ ਮਿਹਨਤ ਤੋਂ ਕੁਝ ਹੱਦ ਤੱਕ ਮਿਹਨਤ ਕਰਨ ਤੋਂ ਬਾਅਦ ਇਹਨੇ ਵੀ ਅਸੀਂ ਬਹੁਤ ਇੱਥੇ ਢੋਲ ਚੁੱਕ ਲਈਦੇ ਭਰੇ ਭਰੇ ਆਏ ਫਾਂ ਬੜੇ ਡਰਾਮਾ ਚੁੱਕ ਲਈ ਭਰੇ ਭਰੇ ਰੇਤਾਂ ਦੇ ਵੀ ਚੁੱਕ ਲੈਣੇ ਆਏ ਬੜਾ ਪਰਾ ਭਾਰਾ ਡੇ ਨਹੀ ਪਰ ਆਪਾਂ ਜਿੰਨੀ ਕਰੀਦੀ ਵੀ ਉਸ ਤੋਂ ਬਾਅਦ ਥੋੜੀ ਕੰਜੂਸੀ ਮਾਰ ਲਈ ਦੀ ਹੈ ਨਾ ਵੀ ਆਪਾਂ ਕਹੀਦਾ ਵੀ ਆਲਸੀ ਖਾ ਲਈ ਕੋਈ ਚੱਕਰ ਨਹੀਂ ਮੈਂ ਜਿਹੜਾ ਕਦੀ ਮੈਂ ਨਾ ਉਹਨੇ ਜਿਹੜਾ ਗੋਲ ਸੈੱਟ ਕੀਤਾ ਨਾ ਉਹ ਉਹਨੂੰ ਸੌਣ ਹੀ ਨਹੀਂ ਦਊਗਾ। ਉਹਨੂੰ ਉਹ ਸੁਸਤੀ ਮੈਂ ਨਹੀਂ ਨਹੀਂ ਦਊਗਾ ਨਾ ਹੀ ਉਹ ਮਿਹਨਤ ਦਾ ਦੁਸ਼ਮਣ ਨਹੀਂ ਬਣੂਗਾ ਕਿਉਂਕਿ ਉਹ ਜਿਵੇਂ ਦੇ ਉਹਦੇ ਦਿਮਾਗ 'ਚ ਸੋਚ ਆਇਆ ਹਨ ਫਿਰ ਉਹਨੂੰ ਵਾਰ-ਵਾਰ ਕਲਿੱਕ ਹੁੰਦਾ ਰਹਿਣਾ ਅੰਦਰ ਕੀ ਥੋੜਾ ਜਰ ਹੋ ਸਕਦਾ ਗਲਤ ਰਾਤ ਚੱਲ ਵੀ ਜਾਵੇ ਹਨਾ ਜਿਵੇਂ ਸੁਸਤੀ ਵਾਲੇ ਤੇ ਜਦ ਦੂਜੇ ਤੇ ਪਰ ਉਹਦੇ ਅੰਦਰ ਉਹ ਕਿਤੇ ਨਾ ਕਿਤੇ ਨਾ ਜਿਵੇਂ ਟਾਈਮ ਵਾਂਗ ਨਹੀਂ ਲੱਗਦਾ ਟਿਕ 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 ਚੱਲਦੀ ਰਹਿੰਦੀ ਆ ਕਿ ਹਾਂ ਨਹੀਂ ਹੁਣ ਬਹੁਤ ਹੋ ਗਿਆ ਹੁਣ ਫੇਰ ਆਪਾਂ ਚੱਲੀਏ ਸਹੀ ਰਾਤ ਦੇ ਪੈ ਜਾਈਏ ਪਰ ਉਹ ਸਿਸਟਮ ਬਾਈ ਆ ਗਿਆ ਨਾ ਹੁਣ ਕਿ ਪਰ ਜੇ ਉਹੋ ਹੀ ਸੋਚੀ ਜਾਈਏ ਕਿ ਨਹੀਂ ਯਾਰ ਆਪ ਸਮੇਂ ਦੇ ਨਾਲ ਹੀ ਆ ਜਾਣਾ ਵਾ ਕਿਸਮਤ ਚ ਹੋਇਆ ਤੇ ਮਿਲ ਜਾਣਾ ਨਾ ਹੋਇਆ ਤੇ ਕੋ ਸਾਦ ਅੱਜ ਕੱਲ ਤੇ ਮੈਂ ਬਾਈ ਮੈਂ ਦਿੱਤੇ ਤੱਕ ਵੇਖਿਆ ਨਾ ਕਿ ਜਿਹਦੇ ਬੰਦਾ 25 ਸਾਲ ਲੱਦ ਹੋ ਜਾਂਦਾ ਜੀ ਬਾਈ 22 ਸਾਲ ਲੱਦ ਹੋ ਜਾਂਦਾ ਵਾ ਯਾਰ ਪਿਆਰ ਤੇ ਰਿਸ਼ਤੇਦਾਰ ਛੱਡ ਹੀ ਦਿੰਦਾ ਫਿਰ ਸਕਿਪ ਸਕਿਪ ਇਹ ਦੀਸ ਥਿੰਗਸ ਸਕਿਪ ਇਹ ਦੀਸ ਪੀਪਲ ਨਹੀਂ ਛੱਡਦੇ ਨਹੀਂ ਸਾਰੇ ਨਹੀਂ ਛੱਡਦੇ ਸਾਰੇ ਨਹੀਂ ਛੱਡਦੇ ਸਾਰੇ ਨਹੀਂ ਛੱਡੇ ਜਾਂਦੇ ਪਰ ਛੱਡ ਸਕਦਾ ਤਾਂ ਛੱਡ ਵੀ ਦਿੰਦਾ ਇੱਥੋਂ ਇਹ ਇਸ ਉਮਰ ਤੱਕ ਦੇ ਵਿੱਚ ਵਿੱਚ ਆ ਕੇ ਮਸ਼ਹੂਰ ਹੋ ਜਾਂਦਾ ਛੱਡੇ ਨਹੀਂ ਜਾਂਦਾ ਇਹ ਤਾਂ ਕੰਮ ਕਰ ਪਾਇਆ ਬੰਦੇ ਨੂੰ ਪਾਇਆ ਜਾਂਦਾ ਹਨਾ ਉਹ ਚੀਜ਼ ਆ ਉਹ ਕਈ ਤੇ ਮਨ ਕਰ ਲੈਂਦੇ ਕਈ ਗੁੱਸਾ ਕਰ ਲੈਂਦੇ ਤੇ ਕਈ ਨੁਕਸਾਨ ਕਰ ਲੈਂਦੇ ਅਗਲੇ ਦਮ ਵੀ ਯਾਰ ਤੂੰ ਰਾਹੀ ਤੋੜਤੀ ਜਾਂੀਂ ਤੋੜ ਲੱਗਾ ਮੈਂ ਤੇਰਾ ਨਾ ਮੈਣੀ ਤੂੰ ਮੇਰੇ ਕੰਮ ਨਹੀਂ ਆ ਕਿਉਂ ਕੰਮ ਨਹੀਂ ਆ ਨਹੀਂ ਪੁੱਛਣਾ ਗੈਣੀ ਪਰ ਕੰਮ ਨਹੀਂ ਆ ਬਸ ਇਹ ਗੱਲ ਕਦਮ ਕਰਕੇ ਦਾਰੰਡ ਆ ਚੀਜ਼ ਆ ਤੇ ਮੈਨੂੰ ਲੱਗਦਾ ਵੀ ਇਹ ਗੱਲਾਂ ਬਾਤਾਂ ਜਿਹੜੀਆਂ ਆਪਣੇ ਚ ਹੋਈਆਂ ਵੀ ਇੰਨਾ ਕੁ ਮੈਨੂੰ ਲੱਗਦਾ ਵੀ 26% ਰਹੂਗਾ ਨਾ ਵੀ ਇੰਨਾ ਕੁ ਠੀਕ ਰਹੂਗਾ ਪੰਜਾਬੀ ਜਣਾ ਇਹ ਗੱਲਾਂ ਹੋਈਆਂ ਆਪਣੀਆਂ ਐਨ ਕਲੀਅਰ ਵੀ ਸਮਝ ਆਉਣ ਸਮਝ ਲੱਗ ਸਕਦੀਆਂ ਨਾ ਤੇ ਸਾਨੂੰ ਵੀ ਥੋੜੀ ਬਾਕੀ ਘਾਟੀ ਸਮਝ ਆਊਗੀ ਸ਼ਾਇਦ ਕੋਈਆਂ ਨੂੰ ਸਿਆਣਾ ਸਾਡੇ ਤੋਂ ਵੀ ਵਧੀਆ ਸਭ ਡਿਫਾਈਨ ਕਰ ਸਕਦਾ ਹੋਵੇ ਤੇ ਤੁਸੀਂ ਸਾਨੂੰ ਬਾਕੀ ਗੱਲਾਂ ਬਾਤਾਂ ਆਪਸੇ ਕਰਦੇ ਰਹਿਣਾ ਚਾਹੀਦਾ ਹੈ ਨਾ ਗੱਲਾਂ ਪਤਾ ਸੀ ਤੇਰੀ ਜਦ ਮਾਈਂਡ ਹੀ ਇੰਨਾ ਖੋਲਾ ਇਹ ਮੰਨ ਕਣ ਤਾਂ ਗੱਲ ਆਣੀ ਹੈ ਦੇਖੀਆਂ ਤੇ ਦਿਖਾਈਆਂ ਤਾਂ ਹੀ ਆ ਕਨਵਰਸੇਸ਼ਨ ਹੁਣ ਇੱਥੇ ਤੇ ਹੀ ਕੁਝ ਗੱਲਾਂ ਕੀਤੀਆਂ ਤੁਹਾਡੇ ਤੋਂ ਮੈਨੂੰ ਪਤਾ ਲੱਗੀਆਂ ਮੈਂ ਕੁਝ ਕੀਤੀਆਂ ਤੁਹਾਡੇ ਤੋਂ ਪਤਾ ਲੱਗ ਆ ਤੁਹਾਨੂੰ ਪਤਾ ਲੱਗੀਆਂ ਹੁਣ ਜਿਵੇਂਲਾ ਬੰਦਾ ਸੱਤਾ ਹੀ ਰਿਹਾ ਚੁਗਲੀਆਂ ਕਰ ਰਹੀਆਂ ਆਪਣੀ ਬਹੁਤ ਬਹੁਤ ਸਟੱਡੀ ਕੀਤੀ ਕਈਆਂ ਨੇ ਪਰ ਟੈਕਨੋਲੋਜੀ ਇੱਕਦਮ ਆ ਗਈ ਨਾ ਉਹ ਸਮਝ ਨਹੀਂ ਜਾਣ ਦੀ ਚੀਜ਼ ਉਹ ਦਿਮਾਗ ਮਿੱਟੀ ਹੋ ਗਿਆ ਉਹ ਸੁਪੋਜ਼ ਮੈਂ ਉਹ ਚੀਜ਼ ਦੀ ਪੀ ਐਚ ਡੀ ਕਰ ਲਈ ਸਿਲੇਬਸ ਚੇਂਜ ਟੈਕਨੋਲੋਜੀ ਸਿਸਟਮ ਚੇਂਜ ਹੁਣ ਏ ਆਈ ਆ ਗਿਆ ਸਿਸਟਮ ਚੇਂਜ ਹੋ ਗਿਆ ਤੋ ਕਿੱਥੋਂ ਸਮਝੂਗਾ ਮੈਂ ਕਿੱਥੋਂ ਸਿੱਖੂਗਾ ਮੈਂ ਵੇਰਾ ਹੁਣ ਸੋਚੋ ਇੱਧਰ ਰੋਜ਼ਗਾਰ ਬਣਿਆ ਇੱਕਦਮ ਚੁੱਕ ਕੇ ਪਟਰੀ ਉਧਰ ਕਿਤਰਾ ਲੈ ਜਾ ਗੱਡੀ ਵਾਲੀ ਗੱਡੀ ਅਸਕੇ ਪਟਰੀ ਲੈ ਆਈ ਗੱਡੀ ਕੀ ਤਰ੍ਹਾਂ ਹੋਈ ਗੱਡੀ ਦਾ ਹੀ ਲੈਂਦੇ ਆਉਂਦੇ ਹੂ ਨਾ ਲਗਦਾ ਮੈਨੇ ਲੈਣੀ ਮੈਨੇ ਉਹ ਚੋੱਕੇ ਲੈਣੇ ਤੋਂ ਡਰਤ ਨਹੀਂ ਮੈਂ ਪਹੁੰਚ ਹੀ ਜਾ ਸਭ ਬਹੁਤ ਡਿਫਰੈਂਟ ਚੀਜ਼ ਚੱਲਣ ਈ ਐਸ ਟਾਈਮ ਟੈਕਨੋਲੋਜੀ ਇੱਕਦਮ ਅਗੇ ਜਿਹੜੇ ਪੁਰਾਣੇ ਆਪਣੇ ਬੰਦੇ ਸੀਗੇ ਉਹਨਾਂ ਨੂੰ ਇੱਕਦਮ ਸਮਝ ਨਹੀਂ ਨਹੀਂ ਕੋਸ਼ਿਸ਼ ਮਿਲੀ ਉਹ ਮਿਹਨਤ ਕਰ ਰਹੇ ਨੇ ਡਟ ਕੇ ਕਰ ਰਹੇ ਨੇ ਤੇ ਕਈ ਕਿਸਮਾਂ ਤੇ ਜੀ ਰਹੇ ਨੇ ਤੇ ਮਿੱਤਰੋ ਅੱਜ ਇਥੇ ਕਰਦੇ ਆਂ ਭਾਜ ਦੀਆਂ ਗੱਲਾਂ ਬਾਤਾਂ ਖਤਮ ਤੇ ਮੈਨੂੰ ਲੱਗਦਾ ਵੀ ਆਸ ਤੁਹਾਨੂੰ ਗੱਲਾਂ ਸਮਝ ਗਈਆਂ ਹੋਣਗੀਆਂ ਨਹੀਂ ਸਮਝ ਆਈਆਂ ਤਾਂ ਕੁਝ ਤੁਹਾਡੇ ਕੋਲ ਵਧੀਆ ਗੱਲ ਆ ਕੋਈ ਗਲਤ ਕਈ ਗਲਤ ਵੀ ਨਹੀਂ ਸਾਨੂੰ ਦੱਸ ਸਕਦੇ ਜੀ ਕਮੈਂਟ ਸੈਕਸ਼ਨ ਚ ਜਰੂਰ ਦੱਸੋ ਤੇ ਅਗਰ ਤੁਸੀਂ OTT ਪਲੇਟਫਾਰਮ ਤੇ ਸੁਣ ਰਹੇ ਹੋ ਤੇ ਤੁਹਾਡੇ ਕੋਲ ਕੋਈ ਹੋਰ ਟਾਪਿਕ ਆਵੇ ਜਾਂ ਕੋਈ ਸਟੋਰੀ ਆਵੇ ਜਾਂ ਕੋਈ ਇਨਸੀਡੈਂਸ ਆਵੇ ਤੇ ਸ਼ੋਰ ਅਸੀਂ ਪਾਵਰ ਕਰਾਂਗੇ ਤੇ ਸ਼ੂਟਿੰਗ ਕਰਾਂਗੇ ਤੇ ਆਪਾਂ ਆਨਲਾਈਨ ਆਫਲਾਈਨ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਆਂ ਇਹ ਫਨੀ ਕੋਈ ਸਟੋਰੀ ਤੇ ਤੁਸੀਂ ਦੱਸ ਸਕਦੇ ਜੀ ਤੇ ਮਿਲਦੇ ਆਂ ਮਿੱਤਰੋ ਕਿਸੇ ਹੋਰ ਦਿਨ ਕਿਸੇ ਹੋਰ ਵੀਡੀਓ ਦੇ ਨਾਲ ਸਤਿ ප <laughs> ටගින්..